ਕਾਰੀ ਦੇ ਕੰਮ ਵਿੱਚ ਅੱਜ ਕੱਲ੍ਹ ਕੀ ਰਹਿ ਗਿਆ? ਕਰਜ਼ ਦਿਓ ਤੇ ਵਸੂਲੀ ਵਾਸਤੇ ਤੱਕੇ ਖਾਓ। ਇਹ ਸਾਡਾ ਦਸਵਾਂ ਫੇਰਾ ਜੇ ਅੱਜ ਅੱਟਾਂ ਚੋਲੀ ਕੁਛ ਪਾਨੀ ਹੈ ਨਕਦ? ਨਗਦ ਕਿੱਥੋਂ ਲਿਆਵਾਂ ਪੁੱਤਰ, ਮੇਰੀ ਤਾਂ ਤਕਦੀਰ ਹੀ ਖੋਟੀ। ਸੋਚਿਆ ਸੀ ਐਤਕੀ ਫਸਲ ਚੰਗੀ ਹੋ ਜਾਂਦੀ ਤੇ ਤਾਰ ਦਿੰਦੀ ਰਕਮ, ਬਸ ਪਾਲਾ ਮਾਰ ਗਿਆ ਪੈਲੀ। ਹਾਂ ਜੀ ਠੀਕ ਹੈ, ਤੁਹਾਨੂੰ ਪਾਲੇ ਮਾਰ ਛੱਡਿਆ ਤੇ ਜੇ ਮੈਂ ਇੱਥੋਂ ਅੱਜ ਖਾਲੀ ਹੱਥ ਗਿਆ ਸਾਨੂੰ ਸਾਡੇ ਲਾਲੇ ਨੇ ਮਾਰ ਛੱਡਣਾ। ਵੇਖ ਰਾਜੂ ਦੀ ਬੇਬੇ, ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਮੈਂ ਅੱਜ ਸਹੁੰ ਖਾ ਕੇ ਆਇਆ ਕਿ ਮੈਂ ਇੱਥੋਂ ਕੁਛ ਲੈ ਬਗੈਰ ਵਾਪਸ ਨਹੀਂ ਜਾਵਾਂਗਾ। ਹੌਸਲੇ ਨਾਲ ਗੱਲ ਕਰ, ਕੁਛ ਲੱਸੀ ਪਾਣੀ ਪੀਓ। ਨਹੀਂ ਬਿਲਕੁਲ ਨਹੀਂ, ਤੂੰ ਬਹੁਤ ਇਸ ਤਰ੍ਹਾਂ ਕੀ ਹੈ, ਨਹੀਂ ਤੇ ਮੈਂ ਖੋਲ੍ਹਣ ਲੱਗਾ ਘੋੜੇ ਨੂੰ। ਮੈਂ ਤੁਹਾਡੇ ਪੈਰ ਹੀ ਹੱਥ ਲਾ ਲਈ, ਅੱਗੇ ਤੁਹਾਡੀ ਕਿਹੜੀ ਇੱਜ਼ਤ ਹੈ ਪਿੰਡ ਵਿੱਚ? ਪੁੱਤਰ ਤੇਰਾ ਕਮਾਉਂਦਾ ਨਹੀਂ, ਵਿਹਲਾ ਦਾ ਟੋਲੇਗਾ ਛੱਡਦਾ, ਬਦਨਾਮੀ ਹੋ ਜਾਏਗੀ। ਕੰਮ ਨਾ ਕਰੋ ਸ਼ਾਹ ਜੀ, ਰਾਜੂ ਨੂੰ ਰਕਮ ਦੇ ਕੇ ਸਾਡੇ ਪਿੰਡ ਚੱਲ ਦੇ, ਘੋੜਾ ਫਿਰ ਸਾਹ ਹੋ ਜਾਏਗਾ। ਚੱਲ ਬਈ ਬੱਲੇ ਬੱਲੇ, ਕਿੰਨਾ ਭਾਗਾਂ ਵਾਲਾ ਗੰਨੇ ਦਾ ਚੋਟਾ, ਲਾਲ ਬੁੱਲੀਆਂ ਤੇ ਮੋਤੀ ਵਰਗੇ ਦੰਦਾਂ ਚ ਪੀੜਿਆ ਜਾਂਦਾ ਹੈ ਪਿਆ। ਮੈਂ ਕਿਹਾ ਸੋਹਣੇ, ਤੁਹਾਡਾ ਨਾਂ ਕੀ ਹੈ? ਭੈਣ ਜੀ। ਭੈਣ ਜੀ, ਆਹੋ ਓਏ, ਬੜੀ ਡਾਢੀ ਹੈ ਹੈਂ। ਖਸਮਾਂ ਨੂੰ ਖਾਣਾ ਮਰ ਜਾਣਾ। ਮਰ ਤੇ ਅਸੀਂ ਗਏ ਹਾਂ ਸੋਹਣਿਓ, ਨਿਸ਼ਾਨੀ ਲੈ ਕੇ ਚੱਲੇ ਹਾਂ। ਤੁਹਾਡਾ ਨਾਂ ਲਿਖ ਲਓ ਆਪਣੇ ਦਿਲ ਤੇ, ਗਣੇਸ਼ਾ। ਹਾਂਜੀ ਬੋਲਣਾ ਨਾ ਗਣੇਸ਼ਾ। ਮੋਇਆ ਗਣੇਸ਼ਾ। ਗਣੇਸ਼ਾ ਕੋੜਾ ਖੋਲ ਕੇ ਲੈ ਗਿਆ? ਆਹੋ ਪੁੱਤਰ। ਤੂੰ ਫਿਕਰ ਨਹੀਂ ਕਰਮਾ, ਮੈਂ ਹੁਣੇ ਚੌਧਰੀ ਦੇ ਘਰ ਜਾਣਾ ਤੇ ਪੰਚਾਇਤ ਬੁਲਾ ਕੇ ਇਸ ਗੱਲ ਦਾ ਫੈਸਲਾ ਕਰਾਉਣਾ ਹੈ। ਸਾਡਾ ਕੋੜਾ ਖੋਲ ਕੇ ਨਹੀਂ ਲਿਜਾ ਸਕਦਾ ਮਾਂ। ਗਰੀਬਾਂ ਦੀ ਕਿਸਨੇ ਸੁਣਨੀ ਹੈ ਪੁੱਤ? ਕਾਕੇ ਸ਼ਾਹ ਦਾ ਸਾਡਾ ਕੀ ਮੁਕਾਬਲਾ? ਉਹ ਭਾਵੇਂ ਰਹਿੰਦਾ 4 ਕੋਹ ਦੂਰੀ, ਪਰ ਸਾਰਾ ਪਿੰਡ ਉਸ ਨਾਂ ਕੋਲੋਂ ਕੰਮਦਾ। ਕੋਈ ਗੱਲ ਨਹੀਂ ਮਾਂ, ਹੁਣ ਕਾਕੇ ਸ਼ਾਹ ਰਾਜੂ ਦਾ ਨਾਂ ਸੁਣ ਕੇ ਕੰਮੇਗਾ। ਰਾਜੂ, ਰਾਜੂ! ਗਣੇਸ਼ ਨੇ ਮੇਰੀ ਸੋਮਾਂ ਦੇ ਸਿਰ ਤੋਂ ਦੁਪੱਟਾ ਨਹੀਂ ਲਾਇਆ, ਸਾਰੇ ਪਿੰਡ ਦੀ ਪਤ ਨੂੰ ਹੱਥ ਪਾਇਆ।
ज्यादा गुस्से चारा काम नहीं रलिया रामा गणेशा मुंडा खुंडा है जवान है अन्नी चेहो जी पोलो जाना कोई बड़ी गल नहीं आगी चौधरी मैं सब समझदा वा इस गल नु सुन के तेरा खून क्यों नहीं खोलिया तू काके शाह दा रुपया देना होगा ना रलिया रामा पंचायत में तैनू एक गल शोभा नहीं देंदी ते नाले काके शाह दा कने नहीं देना रुपया देन दा मतलब ए नहीं कि तुसी उस दे पुत्र कोल अपनी धियां बहना दी पत लवा लो काके शाह अमीर होएगा तो अपने घर होएगा थाने कचहरी उसकी पहुंच होएगी ਅਸੀਂ ਵੀ ਵੇਖ ਲਵਾਂਗੇ ਓਏ ਸਾਰੀ ਪੰਚਾਇਤ ਨੂੰ ਮਿਰਗੀ ਕਿਉਂ ਪੈ ਗਈ ਹੈ ਕੋਈ ਫੈਸਲਾ ਕਰੋ ਕੋਈ ਇਲਾਜ ਦੱਸੋ ਇਹ ਕੀ ਇਲਾਜ ਦੱਸਣ ਤੁਸੀਂ ਲੋਕ ਵੰਗਾ ਪਾਓ ਤੇ ਘਰ ਸਿਰ ਲੁਕਾ ਕੇ ਬਹਿ ਜਾਓ ਚਾਚਾ ਮੈਂ ਲਾਂਗਾ ਸੋਮਾ ਦੀ ਬੇਇੱਜ਼ਤੀ ਦਾ ਬਦਲਾ ਜੇ ਗਣੇਸ਼ ਦੇ ਸਿਰ ਤੋਂ ਪੱਗ ਨਾ ਲਾ ਕੇ ਲਿਆ ਤੇ ਮੇਰਾ ਨਾਮ ਵੀ ਰਾਜੂ ਨਹੀਂ ਓ ਬੱਲੇ ਬੱਲੇ ਕਮਾਲ ਕਰ ਛੱਡੇ ਰਾਜੂ ਰਾਜੂ ਛੋਟੇ ਮੂੰਹ ਵਿੱਚ ਵੱਡੀ ਗੱਲ ਨਹੀਂ ਫੱਬਦੀ ਕਾਕੇ ਸ਼ਾਹ ਦੇ ਪਿੰਡ ਸ਼ਾਮਪੁਰ ਚੱਲਿਆ ਫਿਰ ਤੇ ਨਮਦਾ ਬਣ ਕੇ ਜਾਈ ਫਿਕਰ ਨਾ ਕਰ ਚੌਧਰੀ ਆਪਣੇ ਪਿੰਡ ਦੀ ਇੱਜ਼ਤ ਰੱਖ ਕੇ ਆਵਾਂਗਾ ਮੇਰੀ ਸੋਹਣੀ ਚੰਬੀ ਚੰਬੇ ਦੀ ਕਲੀ ਡਾਢਾ ਸਜੇਗਾ ਮੇਰੇ ਮਸ਼ੂਕ ਤੇ ਸਿਰ ਤੇ ਦੁਪੱਟਾ ਕਰਦੀ ਮੈਨੂੰ ਮੰਨੀ ਬਚ ਕਾ ਲੰਘ ਜਾਣੀਆਂ ਦਿਲ ਕੰਗ
पतला जिहा लक एदा पार नहीं सहन लगा ओ वड्डा तमाश भी ना रख दे मेरा कड़ा थे मैं कह जे ना रखा ता मेनू रखाना भी आंदा है ओ किदा जी ओ एदा जी ओ बड़े डाटे हो तुम माल ओहो ਬੜਾ ਜ਼ੋਰ ਹੈ ਤੁਹਾਡੇ 'ਚ ਮੈਂ ਕਿਹਾ ਜੀ ਮਰਿਆ ਨੂੰ ਹੋਰ ਨਹੀਂ ਮਾਰੀਦਾ ਤੇ ਮੇਰਾ ਹੱਥ ਹਾਂ ਛੱਡ ਦੇ ਜਾਪ ਤੇ ਸ਼ੀਸ਼ੇ ਤੇ ਬੂਥਾ ਨਹੀਂ ਹੋਵੇ ਕਿਆ ਆਪਣਾ ਕਿਆ ਸੀ ਮੋਇਆ ਮੁਸ਼ਟੰਡਾ ਕਿਆ ਡਾਡੂ ਤੋ ਮਾਰਿਆ ਓਏ ਆਏ ਓਏ ਆਏ ਓਏ ਆ ਤੋਰ ਮੈਂ ਕੁਰਬਾਨ ਮੈਂ ਕਿਹਾ ਇਹ ਪੁਸਨਾਰ ਦੀ ਸੌ ਲੋਹਾਰ ਦੀ ਕਦੇ ਸਾਡਾ ਹੀ ਵੇਲਾ ਆਏਗਾ ਤੱਕ ਲਾਵਾਂਗੇ ਅਸੀਂ ਵੀ ਵੇ ਅੰਨਾ ਹੀ ਸੁਜਾਖਿਆ ਓ ਤੁਸੀਂ ਹੋ ਮਾਫ ਕਰਨਾ ਮੈਂ ਜਰਾ ਆਪਣੇ ਧਿਆਨ ਹੀ ਸਾਂ ਪੀਟਰ ਪੀਟਰ ਕੀ ਪੇ ਵੇਖਣਾ ਪੈ ਗਿਆ ਆਪਣੇ ਛੋਟੇ ਸ਼ਹਿਰਾਂ ਦੀ ਪਸੰਦ ਨੂੰ ਪਸੰਦ ਪਿਆ ਕਰਨਾ ਵਾ ਕੀ ਮਤਲਬ ਉਹ ਮਤਲਬ ਸਵੇਰੇ ਸ਼ਾਮ ਸੌਂਦਿਆਂ ਜਾਗਦਿਆਂ ਉਹ ਹਰ ਵੇਲੇ ਤੁਹਾਡਾ ਹੀ ਨਾਂ ਜਪਦੇ ਨੇ ਤੇ ਖੌਰੇ ਉਹਨਾਂ ਨੂੰ ਕੀ ਜਾਦੂ ਪਾਤਾ ਜੇ ਅੱਛਾ ਮੈਨੂੰ ਵੀ ਹੁਣੇ ਮਿਲੇ ਸਨ ਖੂਤੇ ਅਲਾ ਫਿਰ ਤੇ ਗੱਲ ਹੋ ਗਈ ਹੋਣੀ ਹੈ ਮੈਂ ਹਲਵਾਈ ਨੂੰ ਨਾਪ ਦਿਆਂਵਾ ਮੂੰਹ ਦਾ ਲੱਡੂਆਂ ਵਾਸਤੇ ਜ਼ਰੂਰ ਮਿਲ ਗਿਆ ਨਾਪ ਲੱਡੂ ਜਰਾ ਗਰਮ ਨੇ ਰੱਬ ਖੈਰ ਹੀ ਕਰੇ ਕਿਉਂ ਆਏ ਪੈ ਗਿਆ ਕਰਤਾਰਿਆ ਕੁੜੀਆਂ ਨੂੰ ਛੇੜਨਾ ਹੈ ਨਹੀਂ ਕਰਤਾਰਿਆ ਮੈਂ ਤਾਂ ਨਹੀਂ ਬੈਠੇ ਚੱਲ ਨਹੀਂ ਕੁੜੀਏ ਪੁੱਤਰਾ ਕੜਾ ਕਿੱਥੇ ਹੀ ਅੱਜ ਫੇਰ ਭੰਨਾ ਹੀ ਆਹੋ ਪਾਈਆ ਟੱਕਰ ਹੋ ਗਈ ਸੀ ਟੱਕਰ ਹੋ ਗਈ ਸੀ ਕਿਹਦੇ ਨਾਲ ਇੱਕ ਖੋਤੇ ਨਾਲ ਖੋਤੇ ਨਾਲ ਹਾਂ ਜਿਹੜਾ ਹੋਵੇ ਤੇ ਆਦਮੀ ਪਰ ਉਹਦੇ ਵਿੱਚ ਅਕਲ ਹੋਵੇ ਖੋਤੇ ਵਾਲੀ ਉਹਨੂੰ ਖੋਤਾ ਨਹੀਂ ਤੇ ਹੋਰ ਕੀ ਆਖਾਂ ਮੁਨਸ਼ੀ ਸੁਜਾਖਾ ਰਾਮ ਪੈਗਾ ਮਿਲ ਗਿਆ ਸੀ ਰਾਹ ਵਿੱਚ ਖਬਰੇ ਕਿਹੜੇ ਖਿਆਲਾਂ ਵਿੱਚ ਆਉਂਦਾ ਪਿਆ ਸੀ ਬਸ ਪਤਾ ਉਦੋਂ ਲੱਗਾ ਜਦੋਂ ਕੜਾ ਡਿੱਗ ਕੇ ਕੜਾ ਨੂੰ ਉਹ ਕਿਸੇ ਖਿਆਲਾਂ 'ਚ ਲਗਾ ਆਉਂਦਾ ਸੀ ਜਾਂ ਤੂੰ ਕਿਸੇ ਖਿਆਲਾਂ ਵਿੱਚ ਸੀ ਕੁੜੀਏ ਮੈਂ ਤੈਨੂੰ ਜਾਣਨਾ ਵਾਂ ਤੂੰ ਮੇਰੇ ਬਸ ਦੀ ਨਹੀਂ ਰਹੀ ਭਾਈਆ ਤੂੰ ਤਾਂ ਐਵੇਂ ਗੁੱਸੇ ਹੋ ਜਾਂਦਾ ਅੱਛਾ ਰਹਿੰਦੇ 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 ਮੈਨੂੰ ਸਭ ਪਤਾ ਹੈ ਤੂੰ ਹਰ ਕਿਸੇ ਨਾਲ ਖੈਬੜਨੀ ਹੈ ਤੇਰੀਆਂ ਗੱਲਾਂ ਸੁਣ ਸੁਣ ਕੇ ਤੇ ਮੇਰੇ ਕੰਨ ਵੀ ਪੱਗ ਗਏ ਤੀਏ
कौन गल्लां करदा है मेरियां? सारा पिंड लोकी कहंदे ने लब्बू राम दी अकल खबरे कहा चरन गई है, जिहड़ा जवान धी नूं बूहे अगे बाया होया सी। हुण तेरे हथ पीले कर दिंदा वां, तूं मुंडा लग के चंगे वेले काके शाह कोल रुपया जमा करा दित्ता सी, कल सवेरे ही जाना काके शाह। रब तेरा भला करे, 26 ते 27 27 ते 28 31 ਉਸ ਆਖਿਆ ਕੋਈ ਪੈ ਗਿਆ ਪਰ ਕਿਹੜੀ ਅੱਖ ਨਾਲ ਹਿਸਾਬ ਲਾਇਆ ਸੀ ਉਹ ਕਾਨਿਆ? ਕਿਉਂ ਸ਼ਾਹ ਜੀ, ਇਹ ਕੋਈ ਫਰਕ ਰਹਿ ਗਿਆ? ਕਿਉਂ ਸ਼ਾਹ ਜੀ ਕੋਈ ਫਰਕ ਰਹਿ ਗਿਆ? ਪੂਰੇ 1.5 ਰੁਪਏ ਦਾ ਫਰਕ ਡੇਢ ਰੱਖਿਆ, ਤੂੰ ਸਾਨੂੰ ਕਿਸ ਨਾ ਕਿਸ ਤੂੰ ਮਰਵਾਏਗਾ ਬਾਕੀ ਹੋਰ ਗੱਲ ਵਿੱਚ ਨਹੀਂ। ਮੈਂ ਉਹਨੇ ਕੰਮ ਕਰਨਾ ਪਹਿਲਾਂ ਤਾਂ ਪੱਖੀ ਚੱਲੀ ਕੋਈ ਬੰਦ ਕਰਤੀ ਹੋਏ, ਜ਼ੋਰ ਨਾ ਚੱਲ। ਉਹ ਤੇਰਾ ਧਿਆਨ ਕਿੱਧਰ ਹੁੰਦਾ ਅੱਜ ਕੱਲ੍ਹ ਬਾਕੀ ਹੋਰ ਗੱਲ 'ਚ ਹੋਏ? ਓ ਸ਼ਾਹ ਜੀ, ਤੂੰ ਮੈਨੂੰ ਅੱਜ ਕੱਲ੍ਹ ਇਸ਼ਕ ਲੱਗਾ ਆ। ਸ਼ਾਬਾਸ਼ ਇਸ਼ਕ ਲੱਗ ਕਿਤੇ ਮੂੰਹ ਤੇਰੇ, ਸ਼ਿਵਾਂ ਦੀ ਗੱਦੀ ਉੱਤੇ ਬੈਠ ਕੇ ਕਿਹੋ ਜਿਹੀਆਂ ਗੱਲਾਂ ਕਰਨਾ ਜੁੱਤੀ ਮਾਂ? ਓਹੋ ਚੱਲਾਂਗਾ ਕੀ ਪੈ ਕਰਦੇ ਹੋ ਸ਼ਾਹ ਜੀ? ਤੁਸੀਂ ਸ਼ਿਵਾਂ ਦੀ ਗੱਦੀ ਤੇ ਬਹਿ ਕੇ ਸਾਰਾ ਦਿਨ ਬੜਾ ਧਰਮ ਦਾ ਕੰਮ ਕਰਦੇ ਹੋ। ਕੀ ਮਤਲਬ ਆ ਬਾਕੀ ਹੋਰ ਗੱਲ? ਤੁਹਾਡਾ ਪੁੱਤਰ ਵੀ ਇਸ਼ਕ ਦਾ ਫਟਿਆ ਆ? ਗਣੇਸ਼ਾ ਕਿਉਂ ਆ ਉਹ ਚੰਬੀ ਦੇ ਚੱਕਰ 'ਚ ਫਸਿਆ ਹੈ। ਸੁਣ, ਚੰਬੀ ਕੌਣ ਹੋਏ? ਉਹ ਲੱਭੂ ਭਾੜੀਏ ਦੀ ਧੀ। ਗਣੇਸ਼ਾ, ਓਏ ਗਣੇਸ਼ਾ ਆਇਆ ਭਾਈਆ? ਓਏ ਭਾਈਆ ਤੇ ਪੁੱਤਰਾ, ਇਹ ਪੈਂਗਾ ਕੀ ਕਹਿੰਦਾ ਜੀ ਬਾਕੀ ਹੋਰ ਗੱਲ 'ਚ? ਓਏ ਖੋਤਿਆ, ਪਿਆਰ ਹੀ ਪਾਣਾ ਸੀ ਤੇ ਸੋਨੇ ਚਾਂਦੀ ਤੇ ਮਾਇਆ ਨਾ ਪਾਉਂਦਾ। ਓਏ ਸ਼ਰਮਾਂ ਦਾ ਪੁੱਤਰ ਹੋ ਕੇ ਕੁੜੀਆਂ ਨਾਲ ਪਿਆਰ ਪਾਉਂਦੇ, ਤੈਨੂੰ ਸ਼ਰਮ ਨਹੀਂ ਆਈ? ਓਏ ਸ਼ਾਦੀ, ਜੇ ਛੋਟੇ ਸ਼ਹਿਰਾਂ ਦਾ ਵਿਆਹ ਤੁਸੀਂ ਚੰਬੀ ਨਾਲ ਨਾ ਕਰਾਇਆ ਤੇ ਇਹਨਾਂ ਨੇ ਫੀਮ ਖਾ ਕੇ ਮਰ ਜਾਣਾ ਜੇ। ਆਹੋ ਭਾਈਆ, ਮੈਂ ਚੰਬੀ ਬਗੈਰ ਨਹੀਂ ਜੀਣਾ। ਤੇ ਮਰ ਫਿਰ ਉਹ ਬਾਕੀ ਹੋਰ ਗੱਲ 'ਚ? ਸ਼ਾਦੀ, ਕਿਉਂ ਆਇਆ ਪੁੱਤਰ ਇੱਥੋਂ ਗੁਆਉਂਦੇ ਹੋ? ਛੋਟੇ ਸ਼ਹਿਰਾਂ ਤੋਂ ਤੁਸੀਂ ਕਿਤੇ ਨਾ ਕਿਤੇ ਵਿਆਹ ਤੇ ਜ਼ਰੂਰ ਕਰਨਾ ਹੈ ਨਾ। ਚੰਬੀ ਕੋਈ ਮਾੜੀ ਕੁੜੀ? ਤੂੰ ਬਕਨੀਆਂ ਪੈ ਗਿਆ ਭਾਈਆ, ਮੈਂ ਚੰਬੀ ਬਗੈਰ ਜੀਣਾ ਨਹੀਂ ਰਹਿ ਸਕਦਾ। ਔਰ ਤੂੰ ਸਭ ਕੁਝ ਕਰ ਲੈਣਾ ਭਾਈਆ, ਸਭ ਕੁਝ ਕਰ ਸਕਦਾ। ਅੱਛਾ ਅੱਛਾ ਅੱਛਾ, ਸੋਚਾਂਗਾ, ਜਾ ਉੱਠ। ਪਰ ਕਦੋਂ ਸੋਚੇਗਾ ਜਦੋਂ ਲੱਭੂ ਰਾਮ ਚੰਬੀ ਦਾ ਕਿਸੇ ਹੋਰ ਨੂੰ ਫੜਾ ਦੇਗਾ? ਬੱਚਾ ਹੈ ਬਿਲਕੁਲ ਕਾਕਾ, ਤੇਰੀ ਹਾਲੇ ਅਕਲ ਦੀ ਦਾੜ ਨਹੀਂ ਨਿਕਲੀ। ਤੂੰ ਕੀ ਜਾਣੇ ਪੁੱਤਰਾ ਸਾਡੇ ਹੱਥ ਕੰਡੇ ਪੁੱਛ ਕੀ ਕੀ? ਸੁਣ, ਲੱਭੂ ਰਾਮ 1000 ਰੁਪਇਆ ਮੇਰੇ ਕੋਲ ਜਮ੍ਹਾਂ ਕਰਾ ਗਿਆ ਹੈ। ਫਿਰ ਮੈਂ ਪਤਾ ਕੀ ਕਰਨਾ? ਮੈਂ ਉਹ ਮੁੱਕਰ ਜਾਣਾ, ਨਾ 1000 ਰੁਪਇਆ ਹੋਊ ਤੇ ਨਾ ਉਹ ਕੁੜੀ ਦੀ ਸ਼ਾਦੀ ਕਿਤੇ ਕਰੂ, ਆਪੇ ਆ ਕੇ ਤੇਰੇ ਪਿਓ ਦੇ ਪੈਰਾਂ ਵਿੱਚ ਡਿੱਗੂ ਤੇ ਮੈਂ ਤੇਰੇ ਰਿਸ਼ਤੇ ਦੀ ਗੱਲ ਵਹਾ ਦੇਣੀ ਹੈ। ਠੀਕ ਹੈ ਭਾਈ, ਭਾਈਆ ਬਿਲਕੁਲ ਠੀਕ ਹੈ। ਕਿਉਂ ਬਹਿ ਗਿਆ? 16 ਨੇ ਠੀਕ ਹੈ ਸ਼ਾਹ ਜੀ, ਲਾ ਦਿਓ ਰਗੜਾ ਲੱਭੂ ਰਾਮ ਨੂੰ। ਬਾਕੀ ਹੋਰ ਗੱਲ 'ਚ ਤੁਸੀਂ ਸੁਣਿਆ ਹੀ ਨਹੀਂ, ਮੈਂ ਆਪਣਾ 1000 ਰੁਪਇਆ ਵਾਪਸ ਲੈਣ ਆਇਆ ਵਾਂ ਜਿਹੜਾ 2 ਸਾਲ ਪਹਿਲਾਂ ਤੁਹਾਡੇ ਕੋਲ ਜਮ੍ਹਾਂ ਕਰਾ ਗਿਆ ਸੀ। 1000 ਰੁਪਇਆ? ਹਾਂ ਸ਼ਾਹ ਜੀ। ਔਰ ਲੱਭੂ ਰਾਮਾ ਸਵੇਰੇ ਸਵੇਰੇ ਛੱਕ ਕੇ ਤਾਂ ਨਹੀਂ ਆਇਆ? ਕਿਹੜਾ 1000 ਰੁਪਇਆ ਤੋਂ ਕਰੋ ਜਮ੍ਹਾਂ ਕਰਾਇਆ ਸੀ ਸਾਡੇ ਕੋਲ ਬਾਕੀ ਹੋਰ ਗੱਲ 'ਚ? ਸ਼ਾਹ ਜੀ ਜ਼ਰਾ ਬਹਿ ਤਾਂ ਵੇਖੋ, ਮੈਂ ਆਪ ਤੁਹਾਡੇ ਕੋਲ ਵਿਸਾਖੀ ਵਾਲੇ ਦਿਨ 500 ਰੁਪਇਆ ਨਗਦ ਤੇ 500 ਰੁਪਏ ਦੇ ਨੋਟ ਜਮ੍ਹਾਂ ਕਰਾ ਗਿਆ ਸਰ। ਮੇਰੇ ਨਾਲ ਮਜ਼ਾਕ ਨਾ ਕਰੋ ਸ਼ਾਹ ਜੀ, ਕੁੜੀ ਦਾ ਵਿਆਹ ਕਰਨ। ਕੁੜੀ ਦਾ ਵਿਆਹ ਜਮ ਜਮ ਕਰ ਲੱਭੂ ਰਾਮਾ, ਤੈਨੂੰ ਕੌਣ ਰੋਕਦਾ? ਪਰ ਮਜ਼ਾਕਾਂ ਤਾਂ ਤੂੰ ਸਾਡੇ ਨਾਲ ਕਰਨ ਆ ਗਿਆ ਸਵੇਰੇ ਸਵੇਰੇ, ਤੈਨੂੰ ਭੁਲੇਖਾ ਲੱਗਦਾ ਸਾਡੇ ਕੋਲ ਤੇਰਾ ਕੋਈ ਰੁਪਇਆ ਜਮ੍ਹਾਂ ਨਹੀਂ ਬਾਕੀ ਹੋਰ ਗੱਲ 'ਚ? ਸ਼ਾਹ ਜੀ ਕਮਾਲ ਤੇ ਕਰਦੇ ਹੋ ਧਰਮ ਨਾਲ। ਵੇਖੋ ਲੱਭੂ ਰਾਮਾ, ਇਹ ਨਾਟਕ ਸਵੇਰੇ ਸਵੇਰੇ ਕਿਸੇ ਹੋਰ ਨੂੰ ਜਾ ਕੇ ਵਿਖਾਈ, ਮੈਂ ਤੇਰੀਆਂ ਗੱਲਾਂ ਚਾਹਣ ਵਾਲਾ ਨਹੀਂ। ਬਾਕੀ ਹੋਰ ਗੱਲ 'ਚ ਸ਼ਾਹ, ਤੂੰ ਬੇਈਮਾਨ ਹੋ ਗਿਆ ਹੈ, ਇਹ ਗੱਲ ਚੰਗੀ ਨਹੀਂ। ਲੱਭੂ ਰਾਮਾ, ਤੂੰ ਮੇਰੇ ਘਰ ਆ ਕੇ ਮੈਨੂੰ ਡਾਂਟਿਆ ਦੇਣਾ ਨਾ? ਤੂੰ ਬੇਈਮਾਨ, ਤੇਰਾ ਪਿਓ ਬੇਈਮਾਨ, ਤੇਰਾ ਸਾਰਾ ਖਾਨਦਾਨ ਬੇਈਮਾਨ, ਨਿਕਲ ਜਾ ਤੂੰ, ਨਹੀਂ ਤਾਂ ਤੱਕੇ ਦੇ ਕੇ ਬਾਹਰ ਨਿਕਲ ਦਿਆਂਗਾ। ਸ਼ਾਹ ਜੀ ਕੁਛ ਤੇ ਰੱਬ ਕੋਲ ਡਰੋ, ਮੇਰੇ ਤੇ ਜ਼ੁਲਮ ਨਾ ਕਰੋ, ਮੈਂ ਬਰਬਾਦ ਹੋ ਜਾਵਾਂਗਾ। ਤੇ ਤੈਨੂੰ ਆਪਣੇ ਪੱਲਿਓ 1000 ਰੁਪਇਆ ਦੇ ਕੇ ਆਬਾਦ ਕਰਦਿਆਂ। ਪੱਲਿਓ ਤੇਰੇ, ਚੱਲ ਫੁੱਟੇ ਤੋਂ।
ਕਿਸੇ ਗਰੀਬ ਨਾਲ ਐਦਾਂ ਸਲੂਕ ਨਹੀਂ ਕਰੀਦਾ ਸ਼ਾਹ। ਗਰੀਬ ਦੀ ਖਾਕ ਉਹਨੂੰ ਡਰ। ਤੂੰ ਜਾਣਾ ਹੈ ਕਿ ਨਹੀਂ? ਮੈਨੂੰ ਤੇਰੀ ਲੁਕੜ ਮਿੱਟੀ ਪਸੰਦ ਨਹੀਂ। ਗੁੱਸੇ ਹੋ ਗਏ ਹੋ? ਆਹੋ, ਤੂੰ ਮੈਨੂੰ ਬੜਾ ਸਤਾਇਆ। ਵੇਖ ਨਾ, ਤੇਰੇ ਪਿੱਛੇ ਨੱਸ ਨੱਸ ਕੇ ਮੈਨੂੰ ਸਾਹ ਚੜ ਗਏ। ਬਹਿ ਜਾ ਮੇਰੀ ਰਾਣੀ, ਮੇਰੀ ਡਬਲ ਰੋਟੀ ਹੈ, ਤੁਹਾਨੂੰ ਵੇਖਣਾ ਤੇ ਮੇਰੀ ਭੁੱਖ ਲੈ ਜਾਂਦੀ ਹੈ। ਮੈਂ ਵੀ ਤੇ ਤੇਰੀਆਂ ਤਿਰਛੀਆਂ ਨਜ਼ਰਾਂ ਦਾ ਸ਼ਿਕਾਰ ਹੋਈ ਪਈ ਆ ਮੇਰੇ ਮੱਖਣਾ। ਪਰੇ ਕਰ ਲੈ ਜਾਦੂ ਪਰੇ ਲੈਣ, ਸੋ ਰੱਬ ਦੀ ਮੇਰਾ ਤੇ ਦਿਲ ਪਿਆ ਧੜਕਦਾ। ਤੁਹਾਡੀਆਂ ਇਹਨਾਂ ਪਿਆਰੀਆਂ ਪਿਆਰੀਆਂ ਤੇ ਮਿੱਠੀਆਂ ਗੱਲਾਂ ਨੇ ਮੈਨੂੰ ਮਾਲ ਛੜਿਆ। ਔਰ ਜੇ ਤੁਹਾਡਾ ਭਰਾ ਗੁੱਲੂ ਹਥੌੜਾ ਮਾਰਨਾ ਹੁੰਦਾ ਤਾਂ ਮੈਂ ਕਦੋਂ ਦਾ ਆਪਣੀ ਹੀਰ ਨੂੰ ਡੋਲੀ ਪਾ ਕੇ ਘਰ ਲੈ ਗਿਆ ਹੁੰਦਾ। ਸਰ ਇੱਕ ਗੱਲ ਦੱਸਾਂ, ਅੱਜ ਤੇ ਭਰਾ ਸ਼ਹਿਰ ਗਿਆ। ਹਲਾ, ਆਹੋ ਤਾਂ ਤੇ ਫਿਰ ਮੌਜ ਹੋ ਗਈ। ਮੈਂ ਕੱਲ ਕਿਸੇ ਚਰਨ ਪਾਵਾਂਗਾ ਤੁਹਾਡੇ ਵੇਹੜੇ, ਹੁਣ ਮੈਂ ਜਾਵਾਂ। ਆਹੋ ਛੇਤੀ ਜਾ। ਸ਼ਾਹ ਮੇਰੇ ਤੇ ਜ਼ੁਲਮ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਮੈਂ ਉਹਦੇ ਕੋਲ ਜਾਵਾਂਗਾ, ਮੈਂ ਜਾਵਾਂਗਾ, ਮੈਂ ਉਹਦੇ ਪੈਰ ਪਕੜ ਲਵਾਂਗਾ, ਮੈਂ ਉਹਦੇ ਪੈਰ ਪਕੜ ਲਵਾਂਗਾ। ਸ਼ਾਹ ਮੇਰੇ ਤੇ ਜ਼ੁਲਮ ਨਹੀਂ ਕਰੇਗਾ। ਆਖਰ ਅੱਛਾ, ਮੇਰੀ ਬੱਚੀ ਤੇ ਤਰਸ ਕਰ, ਮੇਰੀ ਬੱਚੀ ਤੇ ਤਰਸ ਕਰ, ਮੇਰੀ ਬੱਚੀ ਤੇ ਤਰਸ ਆਏਗਾ। ਕੀ ਹੋ ਗਿਆ ਇਹਨੂੰ? ਇਹਨੂੰ ਜਾਂਦਾ ਮਿਰਗੀ ਪੈ ਗਈ। ਮਿਰਗੀ ਜੁੱਤੀ ਦਿਖਾਓ। ਕੌਣ ਹੈ ਬਈ? ਕੀ ਹੋਇਆ? ਲੱਭੂ ਰਾਮਾ ਬਈ, ਤੂੰ ਤਾਂ ਲਹੂ ਪਿਆ ਵਗਦਾ, ਇੱਦਾਂ ਸਰੀ ਪਟ ਗਿਆ। ਕਿਹਨੂੰ ਪਿਆ ਲਹੂ ਵਗਦਾ? ਕੌਣ ਹੈ? ਹੈਂ, ਇਹ ਤਾਂ ਲੱਭੂ ਰਾਮ ਹੈ। ਇਹਨੂੰ ਕੀ ਹੋਇਆ? ਆਪੇ ਚੱਲਦਾ ਚੱਲਦਾ ਡਿੱਗ ਪਿਆ। ਉਹ ਗਰਮ ਗਰਮ ਦੁੱਧ ਲਿਆ ਓਏ। ਇਹ ਤਾਂ ਬੜਾ ਮਾੜਾ ਕੰਮ ਆਇਆ, ਇਹ ਤਾਂ ਹੋਸ਼ ਹੀ ਨਹੀਂ। ਉਹ ਲੈ ਪੜ੍ਹ। ਉਹ ਸਾਡਾ ਦਿਲ ਬੜਾ ਹੌਲਾ ਹੈ, ਕਿਸੇ ਨੂੰ ਸੱਟ ਲੱਗੇ ਤੇ ਸਾਡੇ ਦਿਲ 'ਚ ਬੜੀ ਤਕਲੀਫ ਹੁੰਦੀ ਹੈ। ਮੈਂ ਹੁਣ ਠੀਕ ਹਾਂ, ਮੇਰਾ ਫਿਕਰ ਨਾ ਕਰੋ, ਤੁਸੀਂ ਇਹਦਾ ਧਿਆਨ ਰੱਖੋ, ਮੈਂ ਚੱਲਿਆ। ਕਦੀ ਦੋ ਟੋਟੋ ਇਹਨੂੰ ਤਾਂ ਸੱਟ ਲੱਗੀ। ਕਮਾਲ, ਕੋਈ ਮਰਦਾ ਪਿਆ, ਤੁਸੀਂ ਲੋਕ ਤਮਾਸ਼ਾ ਲਾ ਕੇ ਬੈਠੇ ਹੋ। ਚਲੋ ਉਹਨੂੰ ਘਰ ਲੈ ਚੱਲੇ। ਕੌਣ ਹੈਗਾ? ਕੌਣ ਹੈ? ਚੰਬੀ ਦਾ ਪਿਓ ਹੈ ਲੱਭੂ। ਚੱਲ ਮੈਂ ਤੇਰੇ ਨਾਲ ਚੱਲਣਾ। ਚੱਲ ਚੱਲ ਚੱਲ। ਮੈਂ ਲੁੱਟਿਆ ਗਿਆ, ਉਹ ਮੈਂ ਬਰਬਾਦ ਹੋ ਗਿਆ, ਮੈਂ ਬਰਬਾਦ ਹੋ ਗਿਆ। ਤੁਸੀਂ ਚੱਲੋ, ਤੁਹਾਡਾ ਬੜਾ ਬੜਾ ਸ਼ੁਕਰੀਆ। ਮੈਂ
वे केड़ा है तो साड़ी हांडी विच डोई फेर दा बड़ी जल्दी ठीक हो जाए तुसी थोड़ी जिनी हल्दी तेल च घोल के लिया ਇਹਨਾਂ ਦੇ ਜ਼ਖਮਾਂ ਤੇ ਲਾਈ ਹੁਣੇ ਲਈ ਚੱਲ ਜਲਦੀ ਲੈ ਤੇਰਾ ਪਲਾ ਵਿਚਵਾਨ ਤੂੰ ਮੈਨੂੰ ਬਚਾ ਲਿੱਤਾ नहीं तो खबरे मेरा की हाल हुंदा बंदा बंदे दा दारू हुंदा जी शुक्र है रब दा जड़ा मैं वक्त सिर पहुंच गया तू कित्थों आया पुत्रा दुखी दे दिल दी ठंड ते अखां दा चानणे अब फिर दसांगा पहले मैं दसो तुहानू सट किस तरह लगी मैं इस पिंड दे शाह काके शाह कोल अपना 1000 रुपया जमा कराया सी अपने चंबी दे ब्याह वास्ते अज मैं सवेरे ओदे कोलों अपना रुपया लैन गया ते ओ करार दा पुत्तर साह मुकर गया कहण लगा तू अपना रुपया इत्थे जमा कराया ही नहीं मैं कल सुन के हैरान ही रह गया मेरे पैरों थल्यों जमीन खिसक गई मेरे दिल नूं जिया धक्का लगा कि मैं गली चक्कर खा के डिग गया रब दी लाठी बे आवाज हुंदी ओ गुजिया मारा मारदा तुसीं फिक्र ना करो काके शाह नूं छेती अकल आ जाएगी इन्हां सूदखोरां दा दिल खबरे पत्थर दा बणिया हुंदा है अजे कुछ दिन होए ने शहर विच जवान भरा मर गया कोई बीमारी ते उहनूं पुछण वास्ते नहीं गया विधवा परजाई नूं परचौणी करन वास्ते नहीं गया मते कुछ खर्चे हो जाए कोई गल नहीं हर दर्द दी दवा रब ने पैदा कीती तुसीं फिक्र ना करो तुहाडा रुपया मैं सवेरे तक वापस करवा दांगा किस तरह सुनो एक गल का ख्याल रखना तुसी जिन्नी इतने रकम जमा कराई उस तो 500 रुपया ज्यादा मांगना अच्छा समझ गए बिल्कुल हूँ मैं इजाजत दे मैं चल गया नहीं रात में किसने कितने जाएगा पुत्र ना चंबिए पुत्र इन्हें पता नहीं सवेर का कुछ खादा कि नहीं खादा है जी इन रोटी छोटी खिला पुत्र इतनी मैं जा अच्छा पुत्र शाबाश पहले तेरी रोटी खा दी
बड़ा स्वाद आ गया रोटी का, थोड़ा पानी और दो जी। मेरी जड़ा भी पानी लेने लग पे। माफ करी, मैं ख्याल ही नहीं रहा तू रोटी तो रच के खा ली है ना। बहुत मजा है, उन तक थाली ते कटोरी रह गई है, बाकी वो भी जी करता पान के खा ला। ला हुन तू इतने आराम कर। चंगा जी। खेस विच तेनू ठंड ते नहीं लगन लगी ना? ਸਾਡੇ ਕੋਲ ਕੋਈ ਫਾਲਤੂ ਰਜ਼ਾਈ ਨਹੀਂ ਹੈਗੀ। ਤੁਸੀਂ ਜਾਣ ਜੀ, ਅਸੀਂ ਫਾਲਤੂ ਆਦਮੀ ਖੇਸ ਵਿੱਚ ਰਾਤ ਕੱਟ ਲਾਂਗੇ। ਪੱਕੀ ਚੱਲ ਲੱਭੂ ਪਾੜੀ ਆ ਗਿਆ, ਪਹਿਲਾਂ ਚਲ ਆ ਗਿਆ। ਰਾਮ ਰਾਮ ਸ਼ਾਹ ਜੀ। ਓ ਤੂੰ ਫਿਰ ਆ ਗਿਆ ਮੇਰਾ ਸਿਰਖਾਨ। ਸ਼ਾਹ ਜੀ ਇੱਕ ਵਾਰ ਫਿਰ ਆਪਣੀ ਬਈ ਤੇ ਨਜ਼ਰ ਮਾਰ ਲਓ, ਤੁਹਾਨੂੰ ਜ਼ਰੂਰ ਗਲਤੀ ਲੱਗੀ ਹੈ। ਓ ਮੁਸ਼ੀ
बाकी और गल जी बाहर कटो मेरा सिर खा गया काके शाह जी काके शाह वाला ना कारे हुई है जी आओ आओ महाराज पधारो मेरा ही नाम काके शाह है आ जाओ आ जाओ मुंडे आ जाओ महाराज करो क्या जी मैं आया जी करतारपुर वाह ਤੁਹਾਡੇ ਨਾਂ ਦੀ ਬੜੀ ਸ਼ੋਭਾ ਹੈ ਪਿੰਡ ਪਿੰਡ ਵਿੱਚ ਮਹਾਰਾਜ ਹਾਂਜੀ ਮੈਂ ਚੱਲਿਆ ਜੀ ਤੀਰਥ ਯਾਤਰਾ ਤੇ ਸੋਨੇ ਦੀਆਂ 4000 ਮੋਹਰਾਂ ਲਿਆ ਮੁੰਡਿਆ ਲੋ 4000 ਮੋਹਰਾਂ ਜੇ ਜਿਹੜਾ ਤੁਹਾਡੇ ਕੋਲ ਅਮਾਨਤ ਰੱਖਣ ਆਇਆ ਤਨ ਪਾ ਮਹਾਰਾਜ ਉਸ ਦਾ ਖਿਆ ਦੱਸੀ ਪਾਣੀ ਜਾ ਸੇਠ ਅਮਰੋੜ ਚੰਦ ਮਰੋੜ ਚੰਦ ਨਾਲ ਲਾ ਹੁਣੇ ਲਾ ਸ਼ਾਜੀ ਸ਼ਾਜੀ ਮੇਰੇ ਬਾਰੇ ਕੀ ਸੋਚਿਆ ਫਿਰ ਤੂੰ ਚੁੱਪ ਜੀ ਮਾਂ ਆ ਮਹਾਰਾਜ ਇਹਨਾਂ ਨੂੰ ਪਹਿਲੇ ਤੋਰ ਦਿਓ ਮੇਰਾ ਕੰਮ ਜ਼ਰਾ ਲੰਮਾ ਜੀ ਅੱਛੀ ਬਾਤ ਮਹਾਰਾਜ ਜੀ ਮੇਰੀ ਅਮਾਨਤ ਮੇਰੀ ਝੋਲੀ ਚ ਪਾਓ ਤੇ ਮੈਂ ਜਾਵਾਂ ਬੋਲੋ ਕਿੰਨੇ ਪੈਸੇ ਜਮਾ ਕਰਾਏ ਸੀ 1500 1500 1000 ਪਹਿਲੀ ਵਾਰੀ ਤੇ 500 ਦੂਜੀ ਵਾਰੀ ਯਾਦ ਆਇਆ ਹੁਣੇ ਲੈਣਾ ਪਿਆਰੇ ਬਾਕੀ ਹੋਰ ਗੱਲ ਛੇ ਲੈ ਬਿਲਕੁਲ ਪੂਰਾ ਮੰਗਿੰਦ ਲੈ ਪੂਰੇ 1500 ਲਾ ਜੀ ਸ਼ਾਹ ਜੀ ਲੱਸੀ ਪੀਓ ਅੱਲਾ ਲੱਸੀ ਪੀਓ ਜੀ ਹਾਂ ਜੀ ਠੀਕ ਹੈ ਸਭ ਠੀਕ ਹੈ ਸ਼ਾਹ ਜੀ ਰਾਮ ਰਾਮ ਸ਼ਾਹ ਜੀ ਰਾਮ ਰਾਮ ਤੁਹਾਨੂੰ ਵੀ ਰਾਮ ਰਾਮ ਸੇਠ ਮਰੋੜ ਚੰਦ ਜੀ ਰਾਮ ਰਾਮ ਜੀ ਰਾਮ ਰਾਮ ਪੁੱਤਰਾ ਤੈਨੂੰ ਵੀ ਰਾਮ 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 ਸ਼ਾਹ ਜੀ ਰਾਮ 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 ਮਣੇ ਧਿਆਨ ਨੂੰ ਲਓ ਫਿਰ ਸ਼ੇਠ ਜੀ ਸਾਡਾ ਕੰਮ ਤੇ ਹੋ ਗਿਆ ਜੇ ਖਤਮ ਸ਼ਾਨੂੰ ਵੀ ਦਿਓ ਮਜ਼ਦੂਰੀ ਤੇ ਅਸੀਂ ਵੀ ਫੁੱਟੀਏ ਸ਼ਾਹ ਜੀ ਮੇਰੇ ਕੋਲ ਤਾਂ ਸਾਰੇ 100-100 ਦੇ ਨੋਟ ਹੈਗੇ ਜੇ ਇੱਕ 5 ਰੁਪਏ ਦੇ ਉਸ ਮੁੰਡੇ ਨੂੰ ਜ਼ਰੂਰ 5 ਪਰਈਏ ਸ਼ੇਠ ਜੀ ਮੈਂ ਕਰਤਾਰਪੁਰ ਤੋਂ ਚੱਲ ਕੇ ਤੁਹਾਡੇ ਨਾਲ ਇੱਥੇ ਆਇਆ ਤੇ ਮੈਂ ਅਮਾਨਤ ਵਿੱਚ ਖਿਆਨਤ ਨਹੀਂ ਜੇ ਕੀਤੀ ਤੇ ਉਹਦੇ ਬਦਲੇ ਸਿਰਫ 5 ਪਰਈਏ ਸ਼ਾਹ ਜੀ 10 ਰੁਪਏ ਦਿਓ ਸੂ ਮੇਰੇ ਕੋਲ ਲੈ ਲੈਣਾ ਬਾਤ ਜ਼ਰੂਰ ਜ਼ਰੂਰ ਬੱਚੇ ਕਸਨਾ ਤੂੰ ਹਾਂ ਦਿਓ ਕੋਈ ਨੋਟ ਹੈ ਹਾਂ ਕੋਈ ਗੱਲ ਨਹੀਂ ਬੜੇ ਦਿਆਲੂ ਮਰੋੜ ਚੰਦ ਜੀ ਤੇਰੇ ਤੇ ਕਾਕਾ ਅੱਛਾ ਸ਼ੇਖ ਜੀ ਰਾਮ ਰਾਮ ਹਾਂ ਰਾਮ ਰਾਮ ਸ਼ਾਹ ਜੀ ਰਾਮ ਰਾਮ ਖਰਚ ਹੈ ਵਾਪਸ ਆ ਗਿਆ ਤੇ ਮੋਹਰਾ ਤੁਹਾਡੇ ਕੋਲੋਂ ਲੈ ਜਾਗਾ ਜੇ ਉੱਥੇ ਮੇਰੇ ਪ੍ਰਾਣ ਫਕੀਰੂ ਉੜ ਗਏ ਤੇ ਮੇਰੇ ਨਾਂ ਦੀ ਧਰਮਸ਼ਾਲਾ ਬਣਾ ਦੇਣਾ ਮਰਨ ਤੋਂ ਬਾਅਦ ਸਾਨੂੰ ਚਿੱਠੀ ਜ਼ਰੂਰ ਲਿਖ ਦੇਣਾ ਸੇਠ ਮਰੋੜ ਚੰਦ ਜੀ ਮਤੇ ਸਾਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਚਲਾਣਾ ਕਰ ਗਏ ਹੋ ਤੂੰ ਬਖਨੇ ਹੋ ਪੈਗਾ ਅੱਛਾ ਜੀ ਇਹ ਤੁਹਾਡਾ ਪੈਂਗਾ ਨੌਕਰ ਬੜਾ ਬੇਵਕੂਫ ਜਾਪਦਾ ਹੈ ਬਹੁਤ ਹੀ ਬੇਵਕੂਫ ਜੀ ਇਹਦਾ ਪਿਓ ਵੀ ਬੇਵਕੂਫ ਸੀ ਮੇਰੇ ਪਿਓ ਕੋ ਨੌਕਰ ਸੀ ਬਾਕੀ ਹੋਰ ਗੱਲ ਸੀ ਇਹ ਖਾਨਦਾਨੀ ਹਿਸਾਬ ਕਿਤਾਬ ਹੈ ਕੋਈ ਬਿਲਕੁਲ ਔਰ ਫਿਰ ਕਿੰਨੇ ਜੀ ਅੱਛਾ ਜੀ ਇਹਨੂੰ ਹੱਥ ਨਾ ਲਾਣਾ ਕਿਉਂ ਅੱਜ ਹੈਗਾ ਜੇ ਸ਼ਨਿਚਰਵਾਰ ਤੇ ਸ਼ਨਿਚਰਵਾਰ ਸੋਨੇ ਨੂੰ ਹੱਥ ਨਹੀਂ ਲਾਈਦਾ ਐਦਾ ਕਰਨਾ ਮੈਂ ਰਾਤੀ ਇੱਥੇ ਹੀ ਟਿਕ ਜਾਣਾ ਤੇ ਸਵੇਰੇ ਉੱਠ ਕੇ ਹਿਸਾਬ ਕਿਤਾਬ ਕਰ ਲਾਂਗੇ ਇਸ ਤਰ੍ਹਾਂ ਤੁਹਾਡੀ ਖੁਸ਼ੀ ਮਰੋੜੀ ਮਲ ਜੇ ਮਰੋੜ ਚੰਦ ਜੀ ਬਿਲਕੁਲ ਬਿਲਕੁਲ ਸਵੇਰੇ ਸਵੇਰੇ ਵੱਡੇ ਭਗਤ ਦੇ ਦਰਸ਼ਨ ਚੰਗਾ ਲਾਲਾ ਮਰੋੜ ਚੰਦ ਜੀ ਇਹ ਲਾਲਾ ਮਰੋੜ ਚੰਦ ਜੀ ਆਏ ਕੀ ਹੈ ਕੀ ਹੈ ਉਹ ਬੇੜਾ ਕਰ ਇੱਥੇ ਮਰੋੜ ਚੰਦ ਦੀ ਦਾੜੀ ਤੇ ਮਮਾ ਮਮਾ ਮੁੱਛਾ ਹੈ ਭਾਈਆ ਥੁੱਕ ਲਾ ਗਿਆ ਮਰੋੜ ਚੰਦ ਤੇਰਾ ਕੇ ਬਰੂਫੀਆ ਹੋਣਾ ਹੈ ਕੋਈ ਚੀਜ਼ ਤਾਂ ਨਹੀਂ ਲੈ ਗਿਆ ਕਾਕੇ ਸ਼ਾਹ
ਮੈਂ ਆਪਣਾ ਘੋੜਾ ਤੇ ਗਣੇਸ਼ ਦੀ ਪੱਗ ਲਿਜਾ ਰਿਹਾ। ਜਿਹਦੀ ਮਦਰ ਰੋਕ ਲਿਆ ਕੇ ਮੈਨੂੰ, ਚੱਲ ਬੱਚੇ ਚੱਲ। ਇਹ ਮੁੰਡਾ ਕੌਣ ਹੈ? ਰਾਜੂ ਭਾਈ, ਰਾਜੂ ਮੈਂ ਬਜ਼ੁਰਗ ਲੈ ਜਾਣਾ। ਨਹੀਂ ਨਹੀਂ, ਇਹ ਸਾਡੀ ਪੱਗ ਲੈ ਕੇ ਅਸੀਂ ਇਹਦੀ ਪੱਗ ਲੈ ਜਾਵਾਂਗੇ। ਮੇਰਾ ਨਾਮ ਵੀ ਕਾਕੇ ਸ਼ਾਹ, ਪੁੱਤਰ ਕਾਕੇ ਸ਼ਾਹ। ਬਾਹਰ ਗਿਆ ਤੇ ਮੈਂ ਫਿਰ ਕੁੰਡੀ ਬੰਦ ਕਰ ਦੇਣਾ, ਜਰਾ ਰੱਜ ਕੇ ਗੱਲਾਂ ਕਰਾਂਗੇ। ਤੈਨੂੰ ਵੇਖਦੇ ਸਾਡੀ ਭੁੱਖ ਲੈ ਜਾਂਦੀ ਹੈ। ਮੈਂ ਕਿਹਾ ਮੈਂ ਜਦ ਤੁਹਾਡੇ ਕੋਲ ਹੋ ਜਾਵਾਂ। ਸ਼ੁਕਰ ਹੈ, ਅੱਜ ਤੂੰ ਮੇਰੇ ਘਰ ਪੈਰ ਰੱਖੇ। ਮੇਰਾ ਤੇ ਜੀ ਕਰਦਾ ਸੇਰੇ ਬੰਨ ਕੇ, ਘੋੜੀ ਚੜ ਕੇ ਤੇ ਤੇਰੇ ਘਰ ਆਵਾਂ ਤੇ ਤੇਰੇ ਨਾਲ ਚਾਰ ਪੁਆਟਣੀਆਂ ਲੈ ਲਵਾਂ। ਕਿਸ ਦਿਨ ਚੰਗਾ ਜਿਹਾ ਮਹੂਰਤ ਕਢਾ ਕੇ ਤੇ ਭਰਾ ਨਾਲ ਗੱਲ ਕਰ ਲਓ ਨਾ। ਭਰਾ ਨਾਲ? ਉਹ ਗੱਲ ਪਿੱਛੋਂ ਕਰਦਾ, ਥੋੜਾ ਪਹਿਲਾਂ ਚੁੱਕ ਲੈਂਦਾ। ਉਹਦੇ ਨਾਲ ਕਿਸੇ ਵੇ ਤੂੰ ਆਪ ਹੀ ਗੱਲ ਕਰ ਲੈ। ਨਾੜਿਆ, ਮੈਨੂੰ ਸ਼ਰਮ ਆਉਂਦੀ। ਓਹੋ, ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ। ਔਰ ਜਰਾ ਰਸੋਈ ਚੋਂ ਬਾਹਰ ਆ ਜਾਓ, ਇੱਥੇ ਗਰਮੀ ਲੱਗਦੀ ਹੈ। ਹਾਂ, ਰੋਟੀ ਸੜ ਜਾਏਗੀ। ਉਹ ਸੜਨ ਦਿਓ ਜੀ, ਇਹ ਜਿਹੜੇ ਸਾਡੇ ਦਿਲ ਚ ਲੰਬੂ ਪਾ ਬਲਦੇ ਨੇ, ਇਹਨਾਂ ਨੂੰ ਠੰਡਿਆਂ ਕਰਨ ਲਈ ਜਰਾ ਇੱਥੇ ਹੱਥ ਰੱਖ ਦਿਓ। ਆਹ, ਉਹ ਮਜ਼ਾ ਆ ਗਿਆ। ਰਾਣੀ, ਓ ਰਾਣੀ, ਓ ਬੋਲ। ਹਾਏ, ਮੈਂ ਮਰ ਗਈ। ਓ ਰਾਣੀ, ਓ ਛੇਤੀ ਬੂਹਾ ਖੋਲ। ਕਿੱਥੇ ਮਰ ਗਈ ਏ? ਛੇਤੀ ਬੂਹਾ ਖੋਲ। ਤੂੰ ਤੇ ਬੜਾ ਛੇਤੀ ਆ ਗਈ। ਆਹੋ, ਉਹ ਪਹਿਲਾਂ ਗਲੀ ਵਿੱਚ ਗਣਪਤ ਪਾਂਦੇ ਨੇ ਨਿੱਛ ਮਾਰ ਦਿੱਤੀ, ਉਹ ਫੇਰ ਅੱਡੇ ਤੇ ਅੱਗੋਂ ਕਾਲੀ ਬਿੱਲੀ ਲੰਘ ਗਈ। ਉਹ ਮੈਂ ਸੋਚਿਆ ਸ਼ਗਨ ਚੰਗਾ ਨਹੀਂ ਹੈ, ਮੈਂ ਅੱਡੇ ਤੋਂ ਹੀ ਵਾਪਸ ਆ ਗਿਆ। ਉਹ ਪਰ ਤੂੰ ਕਿਉਂ ਘਬਰਾਈ ਹੈ? ਨਹੀਂ, ਮੈਂ ਤਾਂ ਠੀਕ ਠਾਕ। ਹਲਾ, ਫਿਰ ਲੱਸੀ ਦਾ ਇੱਕ ਗਲਾਸ ਲਿਆ। ਤੂੰ ਬੈਠ। ਹਾਂ, ਮੈਨੂੰ ਮਾਰੀ ਨਾ। ਕੀ ਕਰਨਾ? ਮੇਰੇ ਕੋਲ ਗਲਤੀ ਹੋ ਗਈ ਹੈ, ਮਾਫ ਕਰ ਦੇ। ਕਦੀ ਕਦੀ ਪਿਆਰ ਚ ਇਹੋ ਜਿਹੀ ਭੁੱਲ ਹੋ ਜਾਂਦੀ ਹੈ। ਠਹਿਰ ਜਾ, ਮੈਂ ਤੈਨੂੰ ਕਰਨਾ ਹੈ ਠੀਕ। ਤੇ ਲਾਨਾ ਤੇਰੇ ਪਿਆਰ ਦਾ ਬੁਖਾਰ, ਉਹ ਤੈਨੂੰ ਇਸ ਚੁੜੇਲ ਨੇ ਲੁਕਾਇਆ ਹੋਣਾ। ਪੀਰੋ,
अज इशक ने जुतियां दे नाल हाँ कीता मैनू पालशाय ओ अंग अंग विच पैण तराटाय ते हौली कर तू मालशाय ओ शाह जी सत बहुती लगी जे ओ मेरे ते सारे पुरजे इटले हो गए ने हाय ਹਾਏ ਓ ਮਾਰ ਸੁੱਟ ਆਏ ਆਏ ਹਾਏ ਓ ਮਾਰ ਸੁੱਟ ਆਈ ਮੂੰਹ ਕਾਲਾ ਕਰਕੇ ਜੀਜੇ ਦਾ ਸਾਲੇ ਡਾਡਾ ਕੁੱਟ ਆਏ ਆਏ ਹਾਏ ਓ ਮਾਰ ਸੁੱਟ ਆਏ ਆਏ ਹਾਏ ਓ ਮਾਰ ਸੁੱਟ ਆਈ ਹੌਲੀ ਓਏ ਹੌਲੀ ਓਏ ਤੂੰ ਤੇ ਮੇਰੇ ਬੱਚੇ ਖੁੱਚੇ ਪੁਰਜੇ ਵੀ ਢਿੱਲੇ ਕਰ ਦਿੱਤੇ ਨੇ ਬਰਫ ਦੇ ਵਾਂਗੂ ਖੁਰ ਚੱਲਿਆਈ ਅੱਖ ਮੇਰੀ ਦਾਇਆ ਨਾਏ ਕਿਧਰੇ ਦਿਲ ਨਾ ਲਾਵੀ ਪੁੱਤਰਾ ਕਹਿੰਦਾ ਸੀ ਮੇਰਾ ਨਾਨਾ ਹਿਜਰ ਤੇਰੇ ਦਾ ਇੱਕ ਇੱਕ ਛਾਲਾ ਫੋੜਾ ਬਣ ਕੇ ਪੁੱਟ ਆਏ ਆਏ ਹਾਏ ਓ ਮਾਰ ਸੁੱਟ ਆਏ ਆਏ ਹਾਏ ਓ ਮਾਰ ਸੁੱਟ ਆਏ ਸ਼ਾਹ ਜੀ ਸੱਚ ਕਹਿੰਦਾ ਸੀ ਤੁਹਾਡਾ ਨਾਨਾ ਪਰ ਤੁਸੀਂ ਨਾ ਮੁੜੇ ਪਾਸੇ ਭਨਾ ਕੇ ਚੈਨ ਆਇਆ ਜੇ ਓ ਸੁਣਦੀ ਪਈਆਂ ਨਾ ਰਾਣੀਏ ਮਾਰਤ ਸਾਰੀ ਭੁੱਲ ਜਾਵਾਂ ਜੇ ਹੱਥੀਂ ਦੁੱਧ ਪਿਲਾਵਿਆ ਓਏ ਹੱਥੀਂ ਦੁੱਧ ਪਿਲਾਵੇ ਕੋਲ ਬੈਠ ਕੇ ਕਰੇ ਟਕੋਰਾ ਫੱਟੀ ਹਲਦੀ ਲਾਵੇ ਆ ਮੇਰੇ ਫੱਟੀ ਹਲਦੀ ਲਾਵੇ ਓਏ ਤੇਰੇ ਨਹੀਂ ਮੇਰੇ ਪਰ ਤੁਹਾਡੇ ਹੀ ਸਹੀ ਜੀ ਮੂੰਗਫਲੀ ਦੇ ਵਾਂਗੂ ਦਿਲ ਦਾ ਟੋਟਾ ਟੋਟਾ ਟੁੱਟ ਆਈ ਹੌਲੀ 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 ਹਾਏ ਓ ਮਾਰ ਸੁੱਟ ਆਈ ਆਏ ਹਾਏ ਓ ਮਾਰ ਸੁੱਟ ਆਈ ਆਏ ਓ ਨਾ ਹੁੰਦੀ ਪ੍ਰਾਇਓ ਦੇ ਨੇ ਚੁੱਕ ਰਗੜਾ ਲਾਣਾ ਸੀ ਓਏ ਦੇ ਰਗੜਾ ਲਾਣਾ ਸੀ ਹੁਣ ਤਾਈ ਮੇਰਾ ਸ਼ਿਕੰਜਵੀ ਵਾਂਗੂ ਕੁੱਟ ਭਰਿਆ ਜਾਣਾ ਸੀ ਆਹੋ ਕੁੱਟ ਭਰਿਆ ਜਾਣਾ ਸੀ ਪਿਆਰ ਦੀ ਹੱਟੀ ਪਾ ਕੇ ਦੱਸ ਤੂੰ ਮੈਂ ਵਿੱਚੋਂ ਕੀ ਖਟਿਆਏ ਆਏ ਕੋਈ ਕਸਰ ਬਾਕੀ ਹੈ ਜੀ ਹਾਏ ਹਾਏ ਓ ਮਾਰ ਸੁੱਟ ਆਈ ਹਾਏ ਹਾਏ ਓ ਮਾਰ ਸੁੱਟ ਆਈ ਮੂੰਹ ਕਾਲਾ ਕਰਕੇ ਜੀਜੇ ਦਾ ਸਾਲੇ ਇਹਨੂੰ ਕੁੱਟ ਆਏ ਓਏ ਚੁੱਪ ਮਾਰ ਰਾਜੀ ਹਾਏ ਓ ਮਾਰ ਸੁੱਟ ਆਈ ਹਾਏ ਹਾਏ ਓ ਮਾਰ ਸੁੱਟ ਆਈ ਹਾਏ 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 ਅੱਛਾ ਜੀ ਤੁਸੀਂ ਤਾਂ ਲੇਟ ਹੀ ਗਏ ਹੋ ਉੱਠੋ ਮੈਂ ਕਿਹਾ ਸਵੇਰ ਹੋ ਗਈ ਜੇ ਕਾਕੇ ਸ਼ਾਹ ਨਹੀਂ ਜੇ ਜਾਣਾ ਹੈ ਕਾਕੇ ਸ਼ਾਹ ਹਾਏ ਓ ਮਾਰ ਸੁੱਟ ਆਈ ਰਾਜੂ ਮੈਂ ਤੇਰਾ ਦਿਨ ਜਨਮ ਵਿੱਚ ਨਹੀਂ ਦੇ ਸਕਦੀ ਤੂੰ ਮੇਰੇ ਭਾਈ ਦੀ ਜਾਨ ਬਚਾਈ ਤੇ ਸਾਡੀ ਡੁੱਬੀ ਹੋਈ ਰਕਮ ਡਾ ਦਿੱਤੀ ਤੇ ਨਾਲੇ ਚਪੇੜ ਵੀ ਖਾਧੀ ਚੰਬੀ ਚੰਬੀ ਉਹਨੇ ਗੱਲ ਦਾ ਖਿਆਲ ਰੱਖੀ ਕਿ ਤੇਰਾ ਭਾਈ ਆ ਤੇਰੀ ਬਾਂਹ ਕਿਸੇ ਦੂਸਰੇ ਦੇ ਹੱਥ ਵਿੱਚ ਨਾ ਦੇ ਬਸ ਜੀ ਸਾਡੀ ਵਾਰੀ ਆਈ ਤੇ ਸ਼ਰਮਾ ਕੇ ਮੂੰਹ ਮੋੜ ਲਿੱਤਾ ਜੀ ਚੰਗਾ ਮੈਂ ਚੱਲਿਆ ਰਾਜੂ ਤਰਸ ਆ ਗਿਆ ਹੁਕਮ ਕਰੋ ਨਾ ਕੁਛ ਨਹੀਂ ਫਿਰ ਕਦੋਂ ਆਏਗਾ ਜਦੋਂ ਬੁਲਾਓਗੇ ਕੱਲ
ਐਸੇ ਵੇਲੇ ਇੱਥੇ ਹੀ ਉਡੀਕਾਂਗੀ ਤੈਨੂੰ। ਸੱਚੀ ਤੇ ਮੈਂ ਵੀ ਸਿਰ ਦੇ ਪਾਰ ਆਵਾਂਗਾ। ਅੱਛਾ ਮੈਂ ਜਾਣਾ। ਭਾਈਆ ਕੱਲ ਦਾ ਜੰਮਿਆ ਮੁੰਡਾ ਤੈਨੂੰ ਬੇਵਕੂ ਬਣਾ ਗਿਆ, ਰੁਪਈਆ ਗਿਆ, ਕੋੜਾ ਗਿਆ, ਪਗੜੀ ਗਈ, ਇੱਜ਼ਤ ਗਈ, ਹੁਣ ਚੰਬੀ ਨੇ ਵੀ ਫੁਰ ਕਰਕੇ ਉੱਡ ਜਾਣਾ। ਤੂੰ ਬਖ ਨਹੀਂ ਪੈ ਗਿਆ, ਆਪ ਜੁੱਤੀਆਂ ਖਾ ਗਿਆ ਤਾਂ ਸਮਝਣਾ ਸਾਡਾ ਖੂਨ ਵੀ ਸਫੇਦ ਹੋ ਗਿਆ। ਪੁੱਤਰਾ ਮੈਂ ਸਭ ਬਦਲਾ ਲਵਾਂਗਾ, ਬਾਕੀ ਹੋਰ ਗੱਲ ਚ ਕਦੋਂ ਲਏਗਾ ਬਦਲਾ? ਜੇ ਸੱਪ ਲੰਘਿਆ ਤੇ ਲਕੀਰ ਪਿਟਿਆ ਕੁਛ ਨੀ ਬਣਨਾ। ਤੂੰ ਹਾਲੇ ਨਾ ਸਮਝ, ਤੂੰ ਕੀ ਜਾਣੇ ਕਾਕਾ ਸਾਡੇ ਹੱਥ ਕੰਡੇ। ਮੈਂ ਐਸੀ ਤਬੀਅਤ ਕਰਾਂਗਾ ਸਾਫ਼ ਹੋਣ ਦੀ ਕਿ ਦੁਨੀਆਂ ਦੇਖੇਗੀ। ਇੱਧਰ ਕੰਮ ਕਰ। ਠੀਕ ਹੈ ਭਾਈ, ਬਿਲਕੁਲ ਠੀਕ ਹੈ, ਬਹੁਤ ਵਧੀਆ, ਉਹਦੀ ਵੀ ਹੋਰ ਟਿਕਾਣੇ ਆ ਜਾਏਗੀ। ਅੱਛਾ ਮੈਂ ਚੱਲਿਆ ਫਿਰ। ਅੱਛਾ ਅੱਛਾ, ਸਾਡੇ ਪੱਲੇ ਪਾਓ ਸ਼ਾਹ ਜੀ, ਇੱਧਰ ਪਤਾ ਰੱਖੇ। ਕੱਲ ਸੁਣ, ਕੱਲ ਤੂੰ ਵੇਹੀ ਲੈ ਕੇ ਲਬੂਰਾਮ ਦੇ ਘਰ ਮੇਰੇ ਨਾਲ ਚੱਲੀ ਤੇ ਉੱਥੇ ਪੁੱਤਰਾ ਵੇਖੀ ਸਾਡੀਆਂ ਤੇਰੇ ਸਮਾਪੀਆਂ। ਅੱਛਾ ਜੀ, ਆ ਵੀ ਲੈ ਲਈਏ ਜ਼ਰਾ। ਓਏ ਅਮੂਲ ਜੀ, ਹਾਂਜੀ ਉਹ ਗੱਲ ਸੁਣ, ਗੁੱਲੂ ਦਾ ਨਾਂ ਅਸਲ ਸੂਦ, ਤੂੰ ਤੇ ਘਰ ਫੇਰਾ ਨਹੀਂ ਮਾਰਿਆ? ਅੱਛਾ ਜੀ, ਇਹ ਮਾਰ ਮੈਂ ਉੱਥੋਂ ਹੀ ਖਾ ਕੇ ਆਇਆ। ਤੁਸੀਂ ਮੈਨੂੰ ਇੱਕ ਆਪਣੇ ਹੱਥ ਨਾਲ ਲੁੱਕਾ ਲਿਖ ਦਿਓ, ਉਹ ਤੇ ਮੈਨੂੰ ਜਿਸ ਵੇਲੇ ਵੇਖਦਾ ਮਾਰਨਾ ਸ਼ੁਰੂ ਕਰ ਦਿੰਦਾ। ਅਸੀਂ ਸਭ ਸਮਝਦੇ ਹਾਂ ਪੁੱਤਰਾ, ਤੂੰ ਸਾਨੂੰ ਬੇਵਕੂ ਬਣਾਉਣਾ, ਤੂੰ ਉਹਦੀ ਭੈਣ ਨਾਲ ਇਸ਼ਕ ਕਰਨਾ, ਪਰ ਪੁੱਤਰਾ ਇਹਦਾ ਮਤਲਬ ਇਹ ਤਾਂ ਨਹੀਂ ਇਸ਼ਕਦਾ ਕਿ ਸਾਡੀ ਰਕਮ ਮਰ ਜਾਏ। ਸੁਣ, ਤੂੰ ਹੁਣੇ ਉਹਦੇ ਘਰ ਜਾ, ਰੁੱਕਾ ਲੈ ਕੇ। ਹਾਂਜੀ, ਮੇਰਾ ਆਦਮੀ ਆ ਗਿਆ, ਉਹਨੂੰ ਲਿਖ ਦੇਣਾ ਮੈਨੂੰ ਮਾਰੇ ਨਾ। ਅੱਛਾ ਜੀ, ਉਹਨੇ ਤੂੰ ਗੁੱਲੂ ਦੇ ਘਰ ਜਾ ਤੇ ਪੁੱਤਰਾ ਵੇਖੀ ਜੇ ਖਾਲੀ ਹੱਥ ਵਾਪਸ ਮੁੜਿਆ, ਕੁਛ ਨਾ ਕੁਛ ਜ਼ਰੂਰ ਲੈ ਕੇ ਆਈ। ਬਾਕੀ ਹੋਰ ਗੱਲ ਵੇਖ। ਅੱਛਾ ਜੀ, ਅੱਜ ਤੇ ਮੇਰੇ ਕੋਲ ਤੁਹਾਡਾ ਹੁਕਮ ਨਾ, ਮੈਂ ਅੱਜ ਤੇ ਮੈਂ ਜਾਂਦਿਆਂ ਹੀ ਗੁੱਲੂ ਨੂੰ ਪੈ ਜਾਣਾ, ਵੇਖੋ ਤੇ ਸਹੀ। ਰਾਣੀਏ ਰਾਣੀਏ, ਉਹ ਮੈਂ ਕਿਹਾ ਕਿੱਥੇ ਤੇਰਾ ਭਰਾ ਗੁੱਲੂ ਉਰਫ ਗਾਮਾ? ਕੀ ਗੱਲ ਹੈ, ਅੱਜ ਬੜੀ ਅਕੜ ਵਿੱਚ ਹੈ ਮੱਖਣਾ। ਛੇਤੀ ਦੱਸੋ ਕਿੱਥੇ ਵੇ? ਅੱਜ ਅਸੀਂ ਤੇਰੇ ਪ੍ਰੇਮੀ ਦੇ ਰੂਪ ਵਿੱਚ ਨਹੀਂ, ਸ਼ਾਹ ਦੇ ਕਰਿੰਦੇ ਬਣ ਕੇ ਆਏ ਹਾਂ ਵਸੂਲੀ ਕਰਨ। ਭਲਾ ਤੱਦੇ ਬੋਲਣ ਵਿੱਚ ਫਰਕ ਪੈ ਗਿਆ, ਫੇਰ ਮੈਨੂੰ ਇਹ ਦੱਸ, ਮੈਂ ਤੈਨੂੰ ਵੇਖ ਕੇ ਮੁਸਕਰਾਵਾਂ ਕਿ ਡਰਾਂ? ਤੂੰ ਡਰ ਤੇ ਨਾਲੇ ਤੇਰਾ ਭਰਾ ਵੀ ਡਰੇ ਮੇਰੇ ਕੋਲੋਂ। ਐ ਵੇਖ, ਅਸੀਂ ਸ਼ਾਹ ਦਾ ਕਾਗਜ਼ ਲੈ ਕੇ ਆਏ ਹਾਂ, ਲਿਖਿਆ ਆ ਸਾਡਾ ਰੁਪਿਆ ਵਾਪਸ ਕਰੋ, ਨਹੀਂ ਤਾਂ ਮੁਕੱਦਮਾ ਕਰ ਦਿਆਂਗੇ। ਪਰ ਭਰਾ ਤੇ ਘਰ ਨਹੀਂ ਮੁਨਸ਼ੀ ਜੀ। ਭਰਾ ਘਰ ਨਹੀਂ? ਆਹੋ, ਤੇ ਬਾਹਰ ਗਿਆ ਹੋਇਆ। ਤੇ ਫਿਰ ਪਾੜ ਦਿਓ ਕਾਗਜ਼ ਤੇ ਆਹ ਦੋ ਗੱਲਾਂ ਪਿਆਰ ਦੀਆਂ ਕਰ ਲਈਏ, ਸ਼ਾਹ ਦੀ ਵਸੂਲੀ ਹੁੰਦੀ ਰਹੇਗੀ। ਚੱਲ ਫਿਰ, ਚੱਲੋ ਤੂੰ ਮੇਰੇ ਕੋਲ ਬੈਠ। ਲੋ ਜੀ, ਮੱਖਣ ਖਾਏਗਾ? ਜੇ ਤੁਸੀਂ ਆਪਣੀਆਂ ਇਹਨਾਂ ਸੋਹਣੇ ਹੱਥਾਂ ਨਾਲ ਕੱਢਿਆ ਤੇ ਜ਼ਰੂਰ ਖਾਵਾਂਗਾ। ਲੈ ਖਾ, ਆਪਣੀ ਉਂਗਲੀ ਨਾਲ ਮੇਰੇ ਮੂੰਹ ਚ ਪਾ ਦਿਓ। ਆ ਬੜਾ ਮਿੱਠਾ, ਹੋਰ ਪਾਓ। ਲੈ ਹੁਣ ਸਾਰਾ ਹੀ ਖਵਾ ਦੇ, ਜਰਾ ਮੈਨੂੰ ਦੁੱਧ ਪਿਆ ਕੇ ਮੱਖਣ ਖਵਾ ਕੇ ਜਰਾ ਤਗੜਿਆ ਕਰ ਦਿਓ। ਕਿਉਂ, ਤੂੰ ਕੋਈ ਨਾਮ ਤੇ ਜਾਣਾ? ਤੂੰ ਤੇ ਮਜ਼ਾਕਾਂ ਚ ਪੈ ਗਈ ਹੈ ਰਾਣੀ, ਜਰਾ ਸਾਡੇ ਵੀ ਅੱਡ ਗੋਡਿਆਂ ਚ ਹਿੰਮਤ ਆਉਣ ਦੇ। ਲੈ ਖਾ।
ਹੁਣ ਮੈਂ ਤੇਰੇ ਭਰਾ ਕੋਲੋਂ ਨਹੀਂ ਡਰਨਾ। ਹੈਲੋ ਉਹ ਵੀ ਤੇਰੇ ਹੱਥਾਂ ਵਾਲੀ ਮੱਖਣ ਖਾਂਦਾ ਨਾ, ਹੁਣ ਮੈਂ ਕਿਸੇ ਦਿਨ ਬੋਲ ਪੈਣਾ ਉਹਦੇ ਸਾਹਮਣੇ, ਉਹ ਸਾਨੂੰ ਸਮਝਦਾ ਕੀ ਏ। ਪਤਾ ਨਹੀਂ ਕਿੱਥੇ ਲੁਕ ਗਿਆ ਪਰਦਾ ਪੁੱਤਰ। ਓਏ ਹਲਾ ਓਏ ਓਏ, ਉਹ ਕਦੀ ਤਾਂ ਸਾਡੇ ਹੱਥ ਆਏਗਾ ਹੀ, ਉਹ ਫਿਰ ਤੈਨੂੰ ਪੁੱਛੂ। ਚੰਬੀ ਤੂੰ ਇੱਥੇ ਚੁੱਪੀ ਹੋਈ ਹੈ? ਆਪ ਚੁੱਪੇ ਆਂ ਤੇ ਸਾਨੂੰ ਗਿਟਕਾ। ਆਪਣੀ ਆਪਣੀ ਕਿਸਮਤ ਹੈ, ਕੋਈ ਆਮ ਚੁੱਪੇ ਕਿਸੇ ਨੂੰ ਗਿਟਕਾ ਵੀ ਨਸੀਬ ਨਹੀਂ ਹੁੰਦੀ। ਅੱਛਾ ਜੀ, ਪਰ ਅਸੀਂ ਚਾਹੀਏ ਤੇ ਅੰਬ ਆਪਣੇ ਆਪ ਸਾਡੀ ਝੋਲੀ ਚ ਆ ਜਾਏ। ਕਿੱਦਾਂ? ਅੱਛਾ ਪਰ ਜੋ ਮਜ਼ਾ ਅੰਬ ਚੁਰਾ ਕੇ ਚੁਪਣ ਦਾ ਆਉਂਦਾ ਨਾ, ਉਹ ਡਿੱਗੇ ਹੋਏ ਦਾ ਨਹੀਂ ਆਉਂਦਾ। ਚੋਰੀ ਦੀ ਚੀਜ਼ ਦਾ ਸਵਾਦ ਹੀ ਕੁਝ ਹੋਰ ਹੈ। ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ, ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ, ਜੇ ਤੂੰ ਇੰਨੀ ਸੋਹਣੀ ਤੇ ਗੋਰੀ ਨਾ ਹੁੰਦੀ, ਜੇ ਤੂੰ ਇੰਨੀ ਸੋਹਣੀ ਤੇ ਗੋਰੀ ਨਾ ਹੁੰਦੀ। ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ, ਜੇ ਤੂੰ ਇੰਨੀ ਸੋਹਣੀ ਤੇ ਗੋਰੀ ਨਾ ਹੁੰਦੀ। ਰੰਗ ਤੇਰਾ ਗੋਰਾ ਦਿਲ ਦੀ ਕਾਲੀਏ, ਰੰਗ ਤੇਰਾ ਗੋਰਾ ਦਿਲ ਦੀ ਕਾਲੀਏ, ਲੁਟੇਰੀਏ ਨੀ ਲੁੱਟ ਕੇ ਜਾਣ ਵਾਲੀਏ। ਉਹ ਦਿਲ ਗਿਆ ਹੈ ਉਹ ਮਿਲ ਗਿਆ ਹੈ, ਉਹ ਦਿਲ ਗਿਆ ਉਹ ਮਿਲ ਗਿਆ, ਨਤੀਜਾ ਮੈਨੂੰ ਤੇਰੇ ਪਿਆਰ ਦਾ। ਮੈਂ ਬਣ ਕੇ ਪਤੰਗ ਤੇਰੇ ਤੁਨ ਕੇ ਨਾ ਖਾਂਦਾ,
तेरी जुल्फ रेशम दी डोरी ना हुंदी, तेरी जुल्फ रेशम दी डोरी ना हुंदी, मेरे सीने चो दिल दी चोरी ना हुंदी, जे तू एनी सोनी ते गोरी ना हुंदी। ਚੜਦੀ ਕਦੇ ਨਾ ਤੇਰੀ ਮਸਤ ਅੱਖ ਜੇ ਬਲੌਰੀ ਨਾ ਹੁੰਦੀ, ਤੇਰੀ ਮਸਤ ਅੱਖ ਜੇ ਬਲੌਰੀ ਨਾ ਹੁੰਦੀ, ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ, ਜੇ ਤੂੰ ਇੰਨੀ ਸੋਹਣੀ ਤੇ ਗੋਰੀ ਨਾ ਹੁੰਦੀ। ਦੀਏ ਪਿਆਲੀਏ ਕੀ ਰੰਗ ਨੇ ਹੈ ਕੀ ਢੰਗ ਨੇ ਹਾਏ ਹਾਏ ਕੀ ਰੰਗ ਨੇ ਕੀ ਢੰਗ ਨੇ ਹੋ ਰੂਪ ਤੇਰਾ ਡੰਗ ਮਾਰਦਾ ਤੇਰੇ ਹਾਸਿਆਂ ਤੇ ਮੈਂ ਮਰਦਾ ਕਦੀ ਨਾ ਜੇ ਤੂੰ ਮਿੱਠੇ ਗੰਨੇ ਦੀ ਪੋਰੀ ਨਾ ਹੁੰਦੀ ਜੇ ਤੂੰ ਮਿੱਠੇ ਗੰਨੇ ਦੀ ਪੋਰੀ ਨਾ ਹੁੰਦੀ ਮੇਰੇ ਸੀਨੇ ਚੋਂ ਦਿਲ ਦੀ ਚੋਰੀ ਨਾ ਹੁੰਦੀ ਜੇ ਤੂੰ ਇੰਨੀ ਸੋਹਣੀ ਤੇ ਗੋਰੀ ਨਾ ਹੁੰਦੀ ਜੇ ਤੂੰ ਇੰਨੀ ਸੋਹਣੀ ਤੇ ਗੋਰੀ ਨਾ ਹੁੰਦੀ। ਅਸੀਂ ਤੈਨੂੰ ਸਹਿਰ ਲੱਗਣੇ ਤੇ ਕੰਗਾਲ ਦਾ ਪੁੱਤਰ ਚੋਰ ਤੈਨੂੰ ਮਿੱਠਾ ਤੇ ਪੈਰਾ ਲੱਗਦਾ ਹੈ। ਸਾਨੂੰ ਤੇ ਗਾਣਾ ਕੱਢ ਕੇ ਸਾਡੀ ਸੱਤੇ ਥੋੜੀਆਂ ਪੁੰਨ ਦਿੰਦੀ ਹੈ ਤੇ ਇਸ ਮੁੰਡੇ ਨਾਲ ਪਿਆਰ ਤੇ ਗਾਣੇ ਗਾਣੀ ਮੈਂ ਵੀ ਹੱਥ ਕੁੜੀ ਨੂੰ ਪਾਈ ਦੁਨੀਆ ਸਾਨੂੰ ਭਾਵੇਂ ਸੂਦਖੋਰ ਆਖ ਕੇ ਬਦਨਾਮ ਕਰੇ ਪਰ ਪਿਆਰਿਆ ਅਸੀਂ ਆਪਣਾ ਧਰਮ ਨਹੀਂ ਜੇ ਛੱਡਣਾ। ਜਿਹਦਾ ਜੋ ਸਾਡੀ ਵੱਲ ਨਿਕਲਦਾ ਹੈ ਅਸੀਂ ਉਹ ਦੁੱਧ ਧੋ ਕੇ ਵਾਪਸ ਕਰਨਾ। ਕਿਉਂ ਮੁਨਸ਼ੀ? ਆਓ ਜੀ ਸ਼ਾਹ ਜੀ
ਬਈ ਤੇ ਕੀ ਲਿਖ ਕੇ ਲਿਆਏ ਉਹੀ ਹੋਈ ਕਿ ਜਿਹੜੀ ਅਮਾਨਤ ਤੂੰ ਸਾਡੇ ਕੋਲ ਜਮ੍ਹਾਂ ਕਰਾਈ ਸੀ ਅਸੀਂ ਉਹੀ ਅਮਾਨਤ ਤੈਨੂੰ ਵਾਪਸ ਕਰ ਰਹੇ ਹਾਂ ਠੀਕ ਹੈ ਨਾ ਲਾਲੇ ਗੋਟਾ ਪਰ ਮੈਨੂੰ ਜ਼ਰਾ ਪੜ੍ਹ ਕੇ ਤੇ ਸੁਣਾ ਦਿਓ ਚੰਗਾ ਹੁੰਦਾ ਮੇਰੇ ਮਨ ਨੂੰ ਸ਼ਾਂਤੀ ਹੋ ਜਾਏ ਮੁਨਸ਼ੀ ਇਹਨੂੰ ਸਾਡੇ ਤੇ ਇਤਵਾਰ ਨਹੀਂ ਆਇਆ ਨਹੀਂ ਹੈ ਸੁਣਨਾ ਪਿਆਰੇ ਮੈਂ ਲੱਭੂ ਰਾਮ ਵਲਦ ਨੱਥੂ ਰਾਮ ਸਕਨਾ ਸ਼ਾਮਪੁਰ ਜ਼ਾਤ ਸੈਣੀ ਪਤਾ ਮਹੱਲਾ ਧੋਬੀਆਂ ਬੋੜ ਵਾਲਾ ਘਰ ਇਹ ਰਸੀਦ ਲਿਖ ਕੇ ਦਿੰਦਾ ਹਾਂ ਕਿ ਮੈਂ ਸੇਠ ਕਾਕੇ ਸ਼ਾਹ ਕੋਲੋਂ ਆਪਣੀ ਇਮਾਰਤ ਦਾ ਪੂਰਾ 1500 ਰੁਪਇਆ ਵਸੂਲ ਪਾਇਆ ਠੀਕ ਹੈ ਨਾ ਠੀਕ ਹੈ ਸ਼ਾਹ ਜੀ ਬਾਕੀ ਹੋਰ ਗੱਲ ਮਿਠਾ ਲਾ ਲਓ ਇਹ ਲਓ ਜੀ ਡੱਬਾ ਇਹ ਫੜ ਲਓ ਠੀਕ ਹੈ ਲੱਗਿਆ ਸ਼ਾਹ ਜੀ ਇਹਨਾਂ ਦੇ ਪੈਰਾਂ ਦੇ ਅੰਗੂਠੇ ਵੀ ਲਵਾ ਲਓ ਜੇ ਪੱਠੇ ਕੁਤਰਦੇ ਆ ਅੰਗੂਠਾ ਕੱਟਿਆ ਗਿਆ ਸਬੂਤ ਕੋਈ ਨਹੀਂ ਜਰਾ ਚੁੱਪ ਕਰ ਮਾਹੌਲ ਕਰਦਾ ਹੁਣ ਕੋਈ ਗੜਬੜ ਹੋਈ ਤਾਂ ਮੈਂ ਫੇਰ ਟਕਰਾਂਗਾ ਚਾਚਾ ਛੋਟੇ ਸ਼ਾਹ ਦੀ ਤਾਂ ਚੰਗੀ ਤਰ੍ਹਾਂ ਮੁਰੰਮਤ ਕਰ ਦਿੱਤੀ ਉਹ ਕਿਉਂ ਭਾਈਆ ਉਹ ਮੋਇਆ ਮਰ ਜਾਣਾ ਮੈਨੂੰ ਛੇੜਦਾ ਸੀ ਰਾਜੂ ਨੇ ਉਹਦੀ ਚੰਗੀ ਤਰ੍ਹਾਂ ਖੂਨ ਠੱਪੀ ਹੈ ਅੱਛਾ ਵਾਹ ਪੁੱਤਰ ਵਾਹ ਜਵਾਨ ਵਾਹ ਕੀ ਪੈ ਕਰਦੇ ਹੋ ਸ਼ਾਹ ਜੀ ਉਹ ਕੀ ਹੋਇਆ ਸ਼ਾਹ ਜੀ ਓਏ ਰਾਜੂ ਨੇ ਕੁੱਟਿਆ ਓਏ ਰਾਜੂ ਨੇ ਸੰਭਾਲੋ ਬਈਏ ਸ਼ਾਹ ਜੀ ਗਿੱਦੜ ਦੀ ਮੌਤ ਆਵੇ ਤੇ ਸ਼ਹਿਰ ਨੂੰ ਦੌੜਦਾ ਪਰ ਇਹ ਗਿੱਦੜ ਤੇ ਕੋਈ ਸਾਡੇ ਪਿੰਡ ਆ ਵੜਿਆ ਤੂੰ ਚੁੱਪ ਕਰ ਯਾਰ ਗਿੱਦੜ ਹੈ ਕੌਣ ਉਹ ਰਾਜੂ ਪਾਈਆ ਰਾਜੂ ਚੰਬੀ ਨਾਲ ਪਿਆਰ ਜੀ ਗੱਲਾਂ ਕਰਦਾ ਸੀ ਪਿਆ ਮੈਂ ਮੁੜਿਆ ਤੇ ਮੈਂ ਉਹਨੂੰ ਕੁੱਟਣ ਲੱਗ ਪਿਆ ਤੈਨੂੰ ਕੁੱਟਣ ਲੱਗ ਪਿਆ ਐਡਾ ਵੱਡਾ ਤੇਰਾ ਸਰੀਰ ਹੈ ਤੂੰ ਕੁੱਟ ਖਾ ਕੇ ਆ ਗਿਆ ਤੂੰ ਕਿਹਨੇ ਮਾਰੀਆਂ ਤੂੰ ਉਹਨੂੰ ਉਹ ਭਾਈਆ ਮਾਰੀਆਂ ਤੇ ਬਹੁਤ ਪਰ ਉਹਨੂੰ ਵੱਜੀ ਕੋਈ ਨਹੀਂ ਸ਼ਾਹ ਜੀ ਇਹਦਾ ਛੇਤੀ ਮੱਕੂ ਠੱਪ ਲਓ ਨਹੀਂ ਤੇ ਗੱਲ ਬੜੀ ਖਰਾਬ ਹੋ ਜਾਏਗੀ ਜੇ ਤੂੰ ਫਿਕਰ ਨਾ ਕਰ ਸੁਜਾਖਿਆ ਮੈਂ ਉਹਨੂੰ ਸਿੱਝ ਲਵਾਂਗਾ ਚੰਬੀ ਤੂੰ ਕਰ ਲਈ ਚੱਲਣਾ ਇਹ ਤੇ ਕਿਸੇ ਦੀ ਉਡੀਕ ਵਿੱਚ ਹੈ ਕੋਈ ਆਏ ਤੇ ਇਹਦਾ ਘੜਾ ਚੁਕਾਏ ਇਹਦਾ ਘੜਾ ਚੁਕਾਉਣ ਤੇ ਕੋਈ ਅਰਸ਼ਾ ਤੋਂ ਆਏਗਾ ਤੂੰ ਜਾਨੀ ਇੱਥੋਂ ਕਿ ਨਹੀਂ ਹਾਏ ਹਾਏ ਗੁੱਸਾ ਕਿਉਂ ਕਰਨੀ ਜੇ ਕਵੇਂ ਤੇ ਆਵਾਜ਼ ਮਾਰ ਕੇ ਬੁਲਾ ਲਵਾਂ ਤੂੰ ਜਾ ਮਰ ਪੈਣਾ ਇੱਥੋਂ ਆਹ
ਆ ਬੀਬੀ ਜ਼ਿਆਦਾ ਭਾਰਾ ਹੈ ਤੇ ਅਸੀਂ ਚੁਕਾ ਦਿੰਨੇ ਆ ਘੜਾ। ਸਤਿ ਸ੍ਰੀ ਅਕਾਲ ਜੀ। ਕੌਣ ਹੈ ਤੂੰ ਸਰਦਾਰਾ? ਜਿਹਦੀ ਤੁਸੀਂ ਰਾਹ ਵੇਖ ਰਹੇ ਸੀ ਜੀ। ਕੀ ਕਹੀ? ਜਿਹਦੀ ਤੁਸੀਂ ਰਾਹ ਵੇਖ ਰਹੇ ਸੀ। ਰਾਜੂ ਤੂੰ? ਹਾਂ ਮੈਂ, ਪਰ ਮੇਰੀ ਮੁੱਛ। ਐ ਲੈ ਰਾਜੂ ਆਪਣੀ ਮੁੱਛ। ਕਿੰਨੀ ਜ਼ੋਰ ਦੀ ਥੱਪੜ ਮਾਰੇ। ਅੱਛਾ ਚੰਬੀ ਮੈਂ ਚੱਲੀ ਆ। ਰਾਜੂ ਇਹ ਤੂੰ ਫੇਸ ਬਦਲ ਕੇ ਕਿਉਂ ਆਏ? ਚੰਬੀ ਉਸ ਦਿਨ ਗਣੇਸ਼ ਦਾ ਜ਼ਰਾ ਕੱਟ ਸੇਕ ਹੋਇਆ ਸੀ, ਅੱਜ ਮਿਲਣ ਦੇ ਨੂੰ। ਸਤਿ ਸ੍ਰੀ ਅਕਾਲ ਜਵਾਨ। ਸਤਿ ਸ੍ਰੀ ਅਕਾਲ ਜੀ। ਜਵਾਨ ਐਸੇ ਪਿੰਡ ਦਾ ਮਨੁੱਖ ਹੈ? ਆਹੋ ਜੀ, ਕਿਉਂ ਕੀ ਗੱਲ ਹੈ? ਹਾਂ ਅਸਾਂ ਪੁੱਛਣਾ ਥਾ ਇੱਥੇ ਥਾਣਾ ਕਿੱਥੇ? ਹਾਂ ਥਾਣਾ? ਉਹ ਜਵਾਨ ਤੈਨੂੰ ਨਹੀਂ ਫੜਾਣਾ, ਅਸਾਂ ਰਾਜੂ ਨੂੰ ਫੜਾਣਾ ਹੈ। ਰਾਜੂ ਨੂੰ? ਹਾਂ। ਅੱਛਾ, ਸਾਡੀ ਮੱਝ ਖੋਲ ਕੇ ਲਾਇਆ ਤੇ ਅਸਾਂ ਸੁਣਿਆ ਇਸੇ ਪਿੰਡ ਵਿੱਚ ਕੋਈ ਪੱਛਮ ਵਿੱਚ ਗੁਫਾ ਹੈ, ਉੱਥੇ ਛੁਪਿਆ ਪਿਆ। ਓ ਜੀ ਥਾਣੇ ਤੋਂ ਕੀ ਲੈਣਾ ਬਾਦਸ਼ਾਹ, ਅਸੀਂ ਮਰ ਗਏ, ਸਾਡੇ ਨਾਲ ਚਲੋ। ਇੱਕ ਤੇ ਦੋ 11 ਹੁੰਦੇ ਨੇ, ਉਹਦੀ ਮੁਸ਼ਕਾਂ ਬੰਨ ਦੇਵਾਂਗੇ ਤੇ ਉਹਦੇ ਹੱਡ ਗੋਡੇ ਬੰਨ ਦੇਵਾਂਗੇ। ਆ ਜਵਾਨ ਫਿਰ ਚੱਲ ਗੁਫਾ ਦਾ, ਅਸੀਂ ਦੋਨੋਂ ਮਿਲ ਕੇ ਉਹਦਾ ਮਕੂ ਠੱਪ ਦਈਏ। ਫਿਰ ਆਓ ਜੀ ਮੇਰੇ ਨਾਲ। ਸਰਦਾਰ ਜੀ ਆ ਜਾ ਗੁਫਾ। ਆ ਗੁਫਾ? ਹਾਂ ਜੀ, ਤੁਸੀਂ ਜਾਓ ਅੰਦਰ, ਮੈਂ ਖਲੋਤਾ ਬਾਹਰ। ਕੁੱਟ ਖਾ ਕੇ ਬਾਹਰ ਨਸੂ, ਇੱਥੇ ਮੈਂ ਨਸੂ। ਹਲਾ ਹਾਂ ਜੀ, ਹਲਾ ਜਵਾਨਾ ਵਾਹਿਗੁਰੂ ਭਲੀ ਕਰੇ। ਹਲਾ ਓਏ ਵਾਹਿਗੁਰੂ। ਛਾ ਰਾਜੂ ਦੇ ਪੁੱਤਰਾ, ਓਏ ਬੋਲੋ ਕਿਉਂ ਕੀਤੀ ਸਹੀ ਮੇਰੀ ਮੱਝ ਚੋਰੀ? ਸਰਦਾਰ ਜੀ, ਸਰਦਾਰ ਜੀ ਮੈਂ ਮੱਝ ਚੋਰੀ ਨਹੀਂ ਸੀ ਕੀਤੀ। ਓਏ ਝੂਠ ਬੋਲਣਾ। ਮੈਂ ਪੁੱਤਰ ਰਾਜੂ ਹਮਾ ਦਾ। ਹਲਾ ਫੜੋ ਸਰਦਾਰ ਜੀ। ਹਾਂ ਇਦਾਂ ਓਏ ਲੈ ਸਾਡੇ ਬਦਲੇ ਵੀ ਗਿਣ ਕੇ ਹੋਰ ਗੁੱਝ ਕੇ ਇੱਕ। ਹਾਂ ਬੋਲ ਮੇਰੀ ਤੋਬਾ। ਤੋਬਾ? ਹਾਂ ਕਰਾਓ ਤੋਬਾ, ਤੋਬਾ ਕਰਾਓ, ਤੋਬਾ ਕਰਾਓ ਜੀ। ਪਿਓ ਦੀ ਤੋਬਾ। ਤੋਬਾ ਸਰਦਾਰ ਜੀ, ਮੈਨੂੰ ਮਾਫ ਕਰ ਦਿਓ, ਮਾਫ ਕਰ ਦਿਓ ਸਰਦਾਰ ਜੀ। ਬੱਲੇ ਬੱਲੇ ਸਰਦਾਰ ਜੀ ਮੰਨ ਗਏ। ਲਿਖੀ ਲਾ ਹਟ, ਲਿਖੀ ਲਾ ਹਟ। ਹਾਂ ਸਰਦਾਰ ਜੀ, ਲਿਖਾਂ ਇੱਕ ਦਿਨ ਨਿਕਲ ਗਿਆ, ਪੁੱਤਰ ਲਿਖਾਂ, ਕੱਲ ਨਿਕਲਾਂਗਾ। ਅੜ ਲਿਖੀ ਲੋ ਠੰਡ ਬੈ ਗਈ। ਕਿਸ ਤਰ੍ਹਾਂ ਸੀ? ਮਰ ਗਿਆ, ਮਰ ਗਿਆ ਸਰਦਾਰ ਜੀ, ਮਰ ਗਿਆ, ਮਰ ਗਿਆ। ਹੋਲ ਇਹ ਪੁੰਜੇ ਨੱਕ ਚਾ। ਹਾਂ ਹਾਂ ਪੰਜ ਐਦਾਂ ਸਰਦਾਰ ਜੀ, ਬਸ ਮਾਫ ਕਰ ਦਿਓ ਸਰਦਾਰ ਜੀ। ਫਿਰ ਹਾਂ ਰੋਂਦਾ ਜੀ ਨਾ ਬਤਾਓ ਰਾਜੂ, ਕਹਿੰਦਾ ਬਚਾਓ ਮੈਨੂੰ ਸਰਦਾਰ ਜੀ। ਮੈਂ ਉਦੋਂ ਮੈਂ ਕਹਿੰਦਾ ਬਣਿਆ ਬਖਤੋ ਬਖਤੋ ਸਰਦਾਰ ਜੀ, ਸਰਦਾਰ ਜੀ। ਹੋਲ ਹੋਲ ਫੋਨ ਨਹੀਂ ਕਰੇਗਾ ਨਾ? ਨਹੀਂ ਕਰਾਂਗਾ ਜੀ, ਨਹੀਂ ਕਰਾਂਗਾ ਜੀ, ਨਹੀਂ ਕਰਾਂਗਾ ਜੀ। ਸਰਦਾਰ ਜੀ ਮਰ ਗਿਆ ਜੀ, ਮੈਂ ਮੱਟਿਆ ਜੀ ਸਰਦਾਰ ਜੀ, ਮਰ ਗਿਆ ਜੀ ਮੈਂ। ਸਰਦਾਰ ਜੀ ਨੀ ਤੇਰਾ ਪਿਓਰ। ਸਰਦਾਰ ਜੀ ਕਿੱਥੇ ਗਏ ਹੋ? ਸਰਦਾਰ ਜੀ ਸਰਦਾਰ ਜੀ ਉਹ ਕਿੱਥੇ ਹੋ ਬਾਦਸ਼ਾਹ? ਉਹ ਸਾਰਾ ਫਿਰ ਉੱਠ ਗਿਆ ਮੈਨੂੰ ਰਾਜੂ। ਓਹੋ ਉਹ ਕੀ ਗੱਲ ਹੈ ਬਾਦਸ਼ਾਹ? ਉੱਠ ਜਵਾਨਾ, ਉੱਠ 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 ਉੱਠ। ਹੌਲੀ ਹੌਲੀ ਸਰਦਾਰ ਜੀ, ਉਹ ਛੱਡਤਾ ਉਸ ਬਦਮਾਸ਼ ਨੂੰ, ਉਹ ਫਿਰ ਉੱਠ ਗਿਆ ਮੈਨੂੰ। ਫਿਰ ਉੱਠ ਗਿਆ? ਆਹ ਤਾਂ ਬੜੀ ਮਾੜੀ ਗੱਲ ਹੋ ਗਈ। ਹਲਾ ਜਵਾਨਾ ਉਹਨੂੰ ਫੇਰ ਟਕਰਾਂਗੇ। ਓ ਹੌਲੀ ਜੀ, ਤੌਣ ਨਹੀਂ ਸਿੱਧੀ ਹੁੰਦੀ, ਹੁਣ ਮੈਂ ਸਿੱਧੀ ਕਰ ਦਿੰਦਾ। ਹਲਾ 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 ਜਵਾਨਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਤਾਂ ਫੇਰ ਡੀਂਗੀ ਹੋ ਗਈ। ਓਏ ਲੱਭੂ ਰਾਮਾ, ਲੱਭੂ ਰਾਮਾ। ਕੀ ਗੱਲ ਹੈ ਮੁਨਸ਼ੀ ਜੀ? ਓਏ ਪਿਆਦਾ ਆਇਆ ਕਚਹਿਰੀਓਂ, ਤੇਰੇ ਨਾਂ ਨੇ ਸੰਮਨ ਲੈ ਕੇ
ਸਮਨ ਕਾਹਦੀ ਸਮਨ? ਸ਼ਾਹਰਾ ਨੇ ਤੇਰੇ ਤੇ 5000 ਰੁਪਏ ਦੀ ਨਾਲਿਸ਼ ਕਰ ਦਿੱਤੀ ਹੈ। 5000? ਉਹਨੇ ਕਦੋਂ ਲਏ ਸੀ? ਇਸ ਗੱਲ ਦਾ ਜਵਾਬ ਤੇ ਕਚਹਿਰੀ ਵਿੱਚ ਜਾ ਕੇ ਦਿਓ, ਹਾਲੇ ਤਾਂ ਇੱਥੇ ਗੂਠਾ ਲਾ ਦਿਓ। ਇਹ ਫੜੋ। ਤਰੀਕ ਯਾਦ ਰੱਖਣਾ, ਇਸ ਮਹੀਨੇ ਦੀ 12 ਭੁੱਲਣਾ ਨਾ, ਨਹੀਂ ਤੇ ਸ਼ੌਰੀ ਰਗੜਾ ਲਾ ਦੇਣਗੇ ਜੇ। ਆਉਂਦੀ ਚੱਲੀਏ। ਕੀ ਗੱਲ ਹੈ ਭਈਆ? ਸ਼ਾਹ ਨੇ 5000 ਦੀ ਨਾਲਿਸ਼ ਕਰ ਦਿੱਤੀ ਹੈ ਮੇਰੇ ਤੇ, 12 ਤਰੀਕ ਪਈ ਹੈ। 5000? ਪਰ ਅਸੀਂ ਇੰਨੇ ਰੁਪਏ ਕਦੋਂ ਲਏ ਸਨ? ਤੂੰ ਠੀਕ ਕਹਿੰਦੀ ਸੀ ਚੰਬੀਏ, ਉਸ ਬੇਈਮਾਨ ਨੇ ਉਸ ਦਿਨ ਰਸੀਦ ਦੇ ਬਦਲੇ 5000 ਦੇ ਪਰ ਨੋਟ ਤੇ ਅੰਗੂਠਾ ਲਵਾ ਲਿੱਤਾ ਹੋਣਾ। ਕੋਈ ਗੱਲ ਨਹੀਂ ਚਾਚਾ, ਤੁਸੀਂ ਲੋਕ ਫਿਕਰ ਨਾ ਕਰੋ, ਸ਼ਾਹ ਤਰੀਕ ਤੇ ਕਚਹਿਰੀ 'ਚ ਜ਼ਰੂਰ ਜਾਏਗਾ, ਪਰ ਉਹਦੀ ਬਈ 'ਚ ਲਿਖਤ ਨਹੀਂ ਹੋਏਗੀ। ਉਹ ਕਿੱਦਾਂ? ਚੰਬੀ, ਚਾਚੇ ਨੇ ਕਿਹਾ ਸੀ ਨਾ ਕਿ ਸ਼ਾਹ ਦਾ ਨਿੱਕਾ ਭਰਾ ਜਵਾਨੀ 'ਚ ਮਰ ਗਿਆ ਸੀ। ਆਹੋ, ਤੇ ਉਹਦੀ ਵਿਧਵਾ ਹਾਲੀ ਤੱਕ ਸ਼ਹਿਰ 'ਚ ਹੈਗੀ। ਆਹੋ ਆਹੋ, ਪਰ ਉਹਦਾ ਸਾਡੇ ਨਾਲ ਕੀ ਮਤਲਬ? ਮਤਲਬ ਜੋ ਨਿਕਲੇਗਾ ਚਾਚਾ ਸਭ ਸਾਹਮਣੇ ਆ ਜਾਏਗਾ, ਮੈਂ ਸਭ ਠੀਕ ਕਰ ਦਾਂਗਾ। ਓਏ ਬੇੜਾ ਗਰਕ, ਓਏ ਕੱਖ ਨਹੀਂ ਰਿਹਾ। ਓਏ ਕਿਹਦਾ ਸ਼ਾਹੀ? ਓ ਮੇਰਾ, ਓ ਮੈਂ ਲੁੱਟਿਆ ਗਿਆ। ਕਿਹਦਾ ਤੁਹਾਨੂੰ? ਮੇਰੇ ਭਰਾ ਬੂਟੇ ਦੀ ਵਿਧਵਾ ਰਹੀ ਹੈ। ਓਹੋ, ਪਰ ਬੂਟਾ ਆਖਰ ਤੁਹਾਡਾ ਭਰਾ ਸੀ, ਜੇ ਕੁੜੀ 4 ਦਿਨ ਇੱਥੇ ਰਹਿ ਜਾਏਗੀ ਤੇ ਤੁਹਾਡੀ ਕਿਹੜੀ ਕਣਕ ਮੁੱਕ ਚੱਲੀ ਹੈ ਸ਼ਾਹੀ? ਇਹ ਗੱਲ ਨਹੀਂ ਸੁਝਾਖਿਆ, ਫਿਰ ਵੀ ਖਰਚ ਤੇ ਵੜੀ ਜਾਂਦਾ, ਫਿਰ ਪੱਲਿਓਂ ਵੀ ਕੁਝ ਦੇਣਾ ਪਏਗਾ ਤੋਰਨ ਵੇਲੇ। ਜਾਣਾ ਸ਼ਾਹੀ, ਉਹ ਹਾਲੀ ਆਈ ਨਹੀਂ, ਤੁਸੀਂ ਤੁਰਨ ਨਹੀਂ ਪਹਿਲਾਂ ਹੀ ਸੋਚਣ ਲੱਗ ਪਏ ਹੋ। ਉਹਨੇ ਆਉਣਾ ਕਦੋਂ ਹੈ? ਓਏ ਮਰ ਗਿਆ, ਅੱਜ ਸ਼ੁੱਕਰਵਾਰ ਹੈ ਨਾ, ਅੱਜ ਹੀ ਆਉਣਾ ਉਹਨਾਂ ਨੇ। ਅੱਛਾ ਜੀ, ਉਹ ਵੇਖੋ ਕਿਹੜੇ ਬਾਹਰ ਆ ਤੇ ਨਹੀਂ ਗਈ। ਸ਼ਾਹ ਜੀ, ਲੋ ਆਈ ਗਈ ਜੇ, ਬੜੀ ਉਮਰ ਸੁ। ਮੈਂ ਕਿਹਾ ਜਰਾ ਜ਼ੋਰ ਦੀ ਢਾ ਮਾਰਨਾ। ਲੋਕੋ, ਮੇਰੀ ਭਾਬੀ ਲੁੱਟੀ ਗਈ, ਮੇਰੀ ਲੁੱਟੀ ਗਈ ਭਾਬੀ ਸਾਡੀ। ਨਾ ਕਰ, ਉੱਤਰ ਆਏ ਨਾ ਕਰ।
ਸ਼ਾਦੀ ਪਾਣੀ ਪੀਓ ਭਰਾ ਬੂਟਿਆ ਡੈਡੀ ਸੱਟ ਲਾਈ ਸਾਡੇ ਹੋਰ ਕਿਦਾ ਕਰਦੇ ਸ਼ਾਦੀ ਸਬਰ ਕਰੋ ਕੁੜੀ ਨੂੰ ਵੀ ਆਰਾਮ ਕਰਨ ਦਿਓ ਇਹ ਰੋਕੀਦਾ ਪੈ ਗਿਆ ਤੁਹਾਨੂੰ ਰੋਟਣ ਵਾਲੇ ਬਿਲ ਕਮਰੇ ਚਲਾ ਦੇ ਆਰਾਮ ਕਰ ਜਾ ਕੇ ਪੁੱਤਰ ਆਰਾਮ ਕਰ ਬਸਤੀ ਹੈ ਐਡੀ ਛੇਤੀ ਜਾਣ ਦੀ ਤਿਆਰੀ ਕਰ ਲਈ ਕੁਛ ਦਿਨ ਤੇ ਹੋਰ ਰਹਿਣਾ ਸੀ ਬਾਕੀ ਹੋਰ ਗੱਲ ਚ ਕੀ ਕਹਿੰਦੀ ਹੈ ਮੁਨਸ਼ੀ ਉਹ ਕਹਿੰਦੇ ਨੇ ਤੁਹਾਨੂੰ ਮਿਲ ਕੇ ਦਿਲ ਦੀ ਪੜਾਸ ਕੱਢਣੀ ਸੀ ਉਹ ਕੱਢ ਲਈਏ ਹੁਣ ਇੱਥੇ ਰਹਿ ਕੇ ਕੀ ਕਰਨਾ ਨਾਲੇ ਸ਼ਹਿਰ ਵਾਲਾ ਮਕਾਨ ਵੀ ਇਕੱਲਾ ਹੈ ਤੇ ਹੁਣ ਜਾਣਾ ਹੀ ਚਾਹੀਦਾ ਚੰਗਾ ਜਿਵੇਂ ਦੀ ਖੁਸ਼ੀ ਹੈ ਹਾਂ ਯਾਦ ਲੈ ਪੁੱਤਰ ਤੇਰਾ ਖਰਚ ਪਾਣੀ ਹੈ ਜਮੁਨਸ਼ੀ ਹੁਣ ਟਾਂਗੇ ਤੇ ਛੱਡਿਆ ਜਿਉਂ ਦੀਰਾ ਪੁੱਤਰ ਛੱਡਿਆ ਜਰਾ ਚੱਲੋ ਸ਼ਾਬਾਸ਼ੀ ਓ ਹਾਂ ਮੁਨਸ਼ੀ ਯਾਦ ਆਇਆ ਜਰਾ ਛੇਤੀ ਆਈ ਅੱਜ ਕਚਹਿਰੀ ਵਿੱਚ ਲਾਲਾ ਰੱਬੂ ਰਾਮ ਦੇ ਮੁਕੱਦਮੇ ਦੀ ਤਰੀਕ ਹੈਗੀ ਬਾਕੀ ਹੋਰ ਗੱਲ 'ਚ ਕਿਉਂ ਵੀ ਰੱਬੂ ਰਾਮ ਕਾਕੇ ਸ਼ਾਹ ਦਾ 5000 ਰੁਪਇਆ ਤੂੰ ਦੇਣਾ ਹੈ ਨਹੀਂ ਹਜ਼ੂਰ ਇਹ ਝੂਠ ਬੋਲਦਾ ਮੈਂ ਇਹਦੇ ਕੋਲ ਰੁਪਇਆ ਲਿਆ ਹੀ ਨਹੀਂ ਤੇ ਫਿਰ ਇਹ ਨਾਲਿਸ਼ ਕਰਾ ਦਈਏ ਮਾਈ ਬਾਪ ਇਹ ਲੱਭੂ ਰਾਮ ਬਿਲਕੁਲ ਗਲਤ ਕਹਿ ਰਿਹਾ ਮੇਰੇ ਤੇ ਤੋਹਮਤ ਲਾ ਰਿਹਾ ਇਲਜ਼ਾਮ ਲਾ ਰਿਹਾ ਮੈਂ ਝੂਠ ਬੋਲ ਸਕਣਾ ਸਰਕਾਰ ਚਲੋ ਮੰਨ ਲਿਆ ਪਰ ਮੇਰੀ ਬਈ ਤੇ ਝੂਠ ਨਹੀਂ ਬੋਲ ਸਕਦੀ ਸਰਕਾਰ ਮੇਰੇ ਕੋਲ ਇਹਦੀ ਲਿਖਤ ਹੈਗੀ ਹੈ ਮੈਂ ਹੁਣੇ ਦਿਖਾਣਾ ਹਜ਼ੂਰ ਕੀ ਗੱਲ ਹੈ ਲਿਖਤ ਕਿੱਥੇ ਹੈ
ਮਾਈ ਬਾਪ ਇਹਦੇ ਵਿੱਚ ਉਹ ਕਾਗਜ਼ ਹੀ ਨਹੀਂ ਹੈ, ਮਾਲੂਮ ਹੁੰਦਾ ਕਿਸੇ ਨੇ ਫਾੜ ਲਿਆ। ਹਜ਼ੂਰ ਤਾਂ ਖਾਰਜ ਕੀਤਾ ਜਾਂਦਾ ਹੈ। ਸੁਣ ਕਾਕੇਸ਼ਾ, ਤੇਰੀ ਬਜ਼ੁਰਗੀ ਦਾ ਖਿਆਲ ਕਰਦੇ ਹਾਂ ਅਸੀਂ, ਤੈਨੂੰ ਵਾਰਨਿੰਗ ਦਿੰਦੇ ਹਾਂ, ਮੁਕਦਮੇ ਦਾ ਖਰਚਾ 50 ਰੁਪਏ ਤੇਰੇ ਤੇ ਪਾਇਆ ਜਾਂਦਾ ਹੈ। ਜਾਜੂ ਤੈਨੂੰ ਇੱਕ ਗੱਲ ਦੱਸਾਂ? ਹਾਂ ਦੱਸੋ। ਰਾਤੀ ਮੈਨੂੰ ਇੱਕ ਸੁਪਨਾ ਆਇਆ। ਸੁਪਨਾ? ਤੂੰ ਸੱਸੀ ਸੀ, ਮੈਂ ਤੱਕਿਆ ਸੀ, ਤੂੰ ਹੱਸੀ ਸੀ, ਮੈਂ ਫੜਿਆ ਸੀ, ਤੂੰ ਨੱਸੀ ਸੀ, ਦੱਸ ਝੂਠਾ ਏ ਕੇ ਸੱਚਾ ਏ। ਚੂਰੀ ਲਿਆਉਂਦੀ ਸੈਂ, ਮੈਨੂੰ ਹੱਥਾਂ ਨਾਲ ਖਵਾਉਂਦੀ ਸੈਂ, ਦੱਸ ਝੂਠਾ ਏ ਕੇ ਸੱਚਾ ਏ। ਬਾਰੀ ਸੀ ਸਾਨੂੰ ਵੇਖਿਆ ਖਲਕਤ ਸਾਰੀ ਸੀ, ਦੱਸ ਝੂਠਾ ਏ ਕੇ ਸੱਚਾ ਏ। ਸੁਪਨਾ ਸਾਨੂੰ ਆਇਆ ਸੀ, ਇੱਕ ਸੁਪਨਾ ਸਾਨੂੰ ਆਇਆ ਸੀ।
ਸੀ ਇੱਕ ਸੁਪਨਾ ਸਾਨੂੰ ਆਇਆ ਸੀ ਇੱਕ ਸੁਪਨਾ ਸਾਨੂੰ ਆਇਆ ਸੀ ਤੁਹਾਡੇ ਦੋਵਾਂ ਦੇ ਹੁੰਦਿਆਂ ਸਾਡੀ ਪਿੱਠ ਲੱਗ ਜਾਏ ਡੁੱਬ ਮਰਨ ਦੀ ਗੱਲ ਹੁਕਮ ਕਰੋ ਸ਼ਾਹ ਜੀ ਕਿਹਦੀ ਧੌਣ ਲੈਣੀ ਹੈ ਉਹ ਸਾਡਾ ਕਿਉਂ ਪਿੱਤਾ ਕਰੋ ਕੰਮ ਆਣਾ ਹੈ ਸ਼ਾਹ ਜੀ ਉਹ ਦੱਸੋ ਕੀ ਕੰਮ ਹੈ ਸ਼ਾਬਾਸ਼ ਬਈ ਤੁਸੀਂ ਦੋਨੋਂ ਜਵਾਨ ਮੇਰੇ ਨਾਲ ਇੱਕ ਸੌਦਾ ਕਰੋ ਵੇਖ ਗੁੱਲੂ ਸ਼ਾਹ ਤੂੰ ਦੇਣਾ ਹੈ ਮੇਰਾ 500 ਰੁਪਇਆ ਤੇ ਤੇਰਾ ਨਾਂ ਭੁੱਲ ਗਿਆ ਕਰਤਾਰਾ ਖੁਸ਼ ਰਹੋ ਤੂੰ ਦੇਣਾ ਕਰਤਾਰਿਆ ਮੇਰਾ 1200 ਰੁਪਇਆ ਮੈਂ 200 ਰੁਪਇਆ ਛੱਡਿਆ ਪਰ ਨੋਟ ਪਾੜ ਕੇ ਸੁੱਟ ਦਿਆਂਗਾ ਜੇ ਤੁਸੀਂ ਬੋਲੋ ਬੋਲੋ ਕੀ ਹੁਕਮ ਹੈ ਇੱਕ ਮਲੂਕੜਾ ਜਵਾਨ ਸਾਡੇ ਪਿੰਡ ਵਿੱਚ ਆਉਂਦਾ ਹਰੀਪੁਰ ਤੋਂ ਤੇ ਨਾਂ ਉਹਦਾ ਹੈ ਰਾਜੂ ਬਾਕੀ ਹੋਰ ਗੱਲ ਸ਼ਾਮ ਨੂੰ ਘੋੜੇ ਤੇ ਚੜ ਕੇ ਆਪਣੇ ਪਿੰਡ ਜਾਏਗਾ ਨਾ ਭਲੋ ਰਾਜ ਕੰਮ ਹੋਇਆ ਸਮਝੋ ਸ਼ਾਹ ਜੀ ਓਹ ਅੱਜ ਰਾਤੀ ਉਹ ਆਪਣੇ ਪਿੰਡ ਜਿਉਂਦਾ ਨਹੀਂ ਪਹੁੰਚਦਾ ਲੋਈ ਨਾ ਪਰ ਇਹ ਗੱਲ ਆਪਣੀ ਚ ਹੀ ਰਹੇ ਕੰਨੋ ਕੰਨ ਕਿਸੇ ਨੂੰ ਖਬਰ ਨਾ ਹੋਵੇ ਕਮਾਲ ਹੈ ਸ਼ਾਹ ਜੀ ਅਸੀਂ ਫਾਂਸੀ ਚੜਨਾ ਹੈ ਚੰਗਾ ਸ਼ਾਹ ਜੀ ਅਸੀਂ ਹੁਣ ਚੱਲਦੇ ਹਾਂ ਕੱਲ ਸਵੇਰੇ ਹੀ ਖਬਰ ਦੇਵਾਂਗੇ ਸ਼ਾਹ ਜੀ ਜ਼ਰਾ ਪਰਨੋਰ ਦਾ ਖਿਆਲ ਰਹੇ ਕਰਤਾਰਿਆ ਜ਼ਬਾਨ ਵੇਖਿਆ ਗਣੇਸ਼ਿਆ ਹੁਣ ਹੋ ਗਿਆ ਮੈਦਾਨ ਸਾਫ਼ ਕਰਨ ਲਈ ਪੁੱਤਰ ਭਾਈਆ ਲਾ ਦਿਓ ਰਗੜਾ ਸ਼ਾਹ ਜੀ ਸਾਡੇ ਰਾਹ ਦਾ ਵੀ ਕੰਡਾ ਸਾਫ਼ ਹੋ ਜਾਏਗਾ ਉਹ ਕਿਸ ਤਰ੍ਹਾਂ ਪੈਂਦਿਆ ਇਹ ਤੁਹਾਨੂੰ ਮੈਂ ਫੇਰ ਦੱਸਾਂਗਾ ਤੁਹਾਡੇ ਕੋਲ ਲੈ ਕੇ ਬੜਾ ਕੁਝ ਸਿੱਖਿਆ ਹਰ ਗੱਲ ਵੇਲੇ ਸਿਰ ਹੀ ਪੱਪਦੀ ਹੈ ਸ਼ਾਹ ਭਰਾ ਮੈਂ ਵੀ ਦੇਖਣਾ ਹੁਣ ਮੇਰੇ ਹੱਥੋਂ ਚੰਬੀ ਨੂੰ ਕੌਣ ਬਚਾਉਂਦਾ ਹੈ ਸੋਹਣੀ ਮੇਰੀ ਚੰਬੇ ਦੀ ਕਲੀ ਕਿੰਨੀ ਚੰਗੀ ਗੱਲ ਹੈ ਜੇ ਕਲੀ ਮੇਰੇ ਸਿਰੇ ਦੀ ਸਜਾਵਟ ਬਣ ਜਾ ਗੱਲ ਬਣਾਉਣਾ ਮੇਰੇ ਅਖਤਿਆਰ ਵਿੱਚ ਨਹੀਂ ਰਾਜੂ ਭਾਈਆ ਤੇ ਤੈਨੂੰ ਆਪ ਹੀ ਬੜਾ ਪਸੰਦ ਕਰਦਾ ਹੈ ਤੂੰ ਇੱਕ ਦਿਨ ਆਪਣੀ ਮਾਂ ਨੂੰ ਨਾਲ ਲੈ ਕੇ ਆ ਜਾਏ ਨਾ ਠੀਕ ਹੈ ਮੈਂ ਅੱਜ ਮਾਂ ਨਾਲ ਗੱਲ ਕਰਾਂਗਾ ਫਿਰ ਕਦੋਂ ਆਏਗਾ ਚੰਬੀ ਮਾਂ ਮੇਰਾ ਆਖਿਆ ਕਦੀ ਨਹੀਂ ਮੋੜੇਗੀ ਮੈਂ ਕੱਲ੍ਹ ਸਵੇਰੇ ਮਾਂ ਨੂੰ ਲੈ ਕੇ ਆਵਾਂ ਫਿਰ ਮੈਂ ਉਡੀਕ ਰੱਖਾਂ ਮੈਂ ਚੱਲਣਾ ਬੜੀ ਦੇਰ ਹੋ ਤੇ ਜਾਣਾ ਵੀ ਬੜੀ ਦੂਰ ਅੱਛਾ ਚੰਬੀ ਕੱਲ ਸਵੇਰ ਬਸ ਕਰ ਕਰਤਾ ਰਿਹਾ ਬਸ ਖਤਮ ਹੋ ਗਿਆ ਚੱਲ ਫਿਰ ਨਾ ਚੱਲੀਏ ਚੱਲ 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 ਆਉਂਦਾ ਹੋਣਾ ਬੱਚਾ ਰਾਜੂ ਰਾਜੂ ਕਿਸ ਦਾਦੇ ਨੇ ਤੇਰਾ ਹਾਲ ਕੀਤਾ ਪੁੱਤਰ
ਬਾਵਾ ਤੂੰ ਜ਼ਰਾ ਹਕੀਮ ਨੂੰ ਬੁਲਾ ਕੇ ਲੈ ਮੈਂ ਇਹਨੂੰ ਕਾਰ ਲੈ ਕੇ ਜਾਣੀ ਸਭ ਖੈਰ ਮੇਰੇ ਰਾਜੂ ਦੀ ਮਾਂ ਸੱਟਾਂ ਤੇ ਕਾਫੀ ਲੱਗੀਆਂ ਨੇ ਪਰ ਮੁੰਡਾ ਸਹਿ ਗਿਆ ਤੇ ਇਹ ਲਓ ਕੁੜੀਆਂ ਦੋ ਦੋ ਘੰਟਿਆਂ ਬਾਅਦ ਦੁੱਧ ਨਾਲ ਦਿੰਦੇ ਨੇ ਤੇ ਇਹ ਮਲਮ ਫੱਟਾਂ ਤੇ ਲਾਉਂਦੇ ਨੇ ਤੇਰਾ ਪੰਜਾਬ ਦਾ ਭਰਾਵਾ ਇਸ ਨੂੰ ਮਾਣੀ ਦਾ ਤੇ ਇਹੀ ਆਸਰਾ ਹੌਸਲਾ ਰੱਖ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਅੱਛਾ ਤੇ ਮੈਂ ਹੁਣ ਚੱਲਿਆ ਟੁੱਟ ਪੈਣੇ ਨੇ ਹੱਥ ਚੁੱਕਿਆ ਤੇਰੇ ਤੇ ਤੂੰ ਮੈਨੂੰ ਉਸਦਾ ਨਾਂ ਦੱਸ ਮੈਂ ਉਸਦਾ ਕਲੇਜ਼ਾ ਕੱਢ ਲਵਾਂਗੀ ਮੈਨੂੰ ਜ਼ਰਾ ਉੱਠਣ ਜੋ ਗਾਉਣ ਦੇ ਇੱਕ ਇੱਕ ਨੂੰ ਸਿਜਲਾਂਗਾ ਨਹੀਂ ਹੁਣ ਮੈਂ ਤੈਨੂੰ ਸ਼ਾਮਪੁਰ ਨਹੀਂ ਜਾਣ ਦਿਆਂਗੀ ਜਿੱਥੇ ਦੇ ਲੋਕ ਇੰਨੇ ਨਰਦਈ ਤੇ ਕਸਾਈ ਹਾੜ ਕੇ ਕੋ ਛੱਡਿਆ ਨੇ ਤੈਨੂੰ ਨਹੀਂ ਮਾਂ ਤੂੰ ਨਹੀਂ ਜਾਣਦੀ ਮੈਨੂੰ ਉੱਥੇ ਜ਼ਰੂਰ ਜਾਣਾ ਪਏਗਾ ਤੈਨੂੰ ਮੇਰੇ ਦੁੱਧ ਦੀ ਸੌਂ ਤੈਨੂੰ ਮੇਰੀ ਉਸ ਮਮਤਾ ਦੀ ਸੌਂ ਰਾਜੂ ਨੇ ਦੁਨੀਆ ਦੇ ਸਾਰੇ ਦੁੱਖ ਸੁੱਖ ਸਹਿ ਕੇ ਐਡਾ ਵੱਡਾ ਕੀਤਾ ਤੈਨੂੰ ਮਾਂ ਤੈਨੂੰ ਮੇਰੇ ਰੰਡਾਪੇ ਦੀ ਸੌ ਰਾਜੂ ਤੈਨੂੰ ਮੇਰੇ ਸਪਾਟੇ ਪੱਲੇ ਦੀ ਸੌ ਪਹਾੜਾਂ ਦੇ ਵੱਡੇ ਦਿਨ ਦੁੱਖਾਂ ਦੀਆਂ ਲੰਮੀਆਂ ਕਾਲੀਆਂ ਰਾਤਾਂ ਮੈਂ ਇਸ ਉਮੀਦ ਤੇ ਕੱਟੀਆਂ ਸਨ ਤੂੰ ਵੱਡਾ ਹੋ ਕੇ ਮੇਰੀ ਹਨੇਰੀ ਦੁਨੀਆ ਵਿੱਚ ਚਾਨਣ ਲਿਆਏਗਾ ਬਸ ਕਰ ਮਾਂ ਬਸ ਕਰ ਜਿੱਥੇ ਤੇਰੇ ਜਾਨ ਦੇ ਵੈਰੀ ਨੇ ਜਿਸ ਪਿੰਡ ਵਾਲਿਆਂ ਨੇ ਇਸ ਵਿਧਵਾ ਦਾ ਲਾਲ ਖੋ ਕੇ ਉਸ ਦੁਨੀਆ 'ਚ ਹਮੇਸ਼ਾ ਹਮੇਸ਼ਾ ਹਨੇਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੂੰ ਨਹੀਂ ਜਾਏਂਗਾ ਮੇਰੇ ਨਾਲ ਨਹੀਂ ਜਾਏਂਗਾ ਕਦੀ ਨਹੀਂ ਜਾਏਂਗਾ ਤੂੰ ਨਹੀਂ ਸਮਝਦੀ ਮਾਂ ਸ਼ਾਮਪੁਰੀ ਸਭ ਮੇਰੇ ਵੈਰੀ ਨੇ ਉੱਥੇ ਮੈਨੂੰ ਕੁਝ ਚਾਹੁੰਦਾ ਵੀ ਮੈਂ ਸਭ ਕੁਝ ਜਾਣਨੀ ਆ ਤੂੰ ਮੇਰਾ ਦਿਲ ਰੱਖਣ ਵਾਸਤੇ ਇਹੋ ਜਿਹੀਆਂ ਗੱਲਾਂ ਕਰਨਾ ਸੀ ਤੂੰ ਉੱਥੇ ਜਾਣ ਦੇ ਬਹਾਨੇ ਢੂੰਡ ਯਾਦ ਰੱਖ ਆਪਣੀ ਮਾਂ ਦੀ ਲਾਸ਼ ਉਲੰਘ ਕੇ ਤੇਰੇ ਪੈਰ ਇਸ ਘਰੋਂ ਬਾਹਰ ਨਿਕਲਣਗੇ ਮਾਂ ਨਹੀਂ ਮਾਂ ਇਹ ਨਾ ਕਹਿ ਮਾਂ ਤੈਨੂੰ ਪੁੱਛ ਲੈ ਮਾਂ ਮੈਂ ਤੇਰੀ ਸੁਣ ਮੈਂ ਕਦੀ ਸ਼ਾਮਪੁਰ ਨਹੀਂ ਜਾਵਾਂਗਾ ਰਾਜੂ ਤੂੰ ਸੱਚ ਕਹਿ ਰਿਹਾ ਰਾਜੂ ਮੇਰੇ ਨਾਲ ਓਏ ਤੂੰ ਇੱਥੇ ਕੀ ਲੈਣ ਆਇਆ ਲੰਗੂਰਾ ਲੰਗੂਰਾ ਸਵੇਰੇ ਸਵੇਰੇ ਬਦਤਮੀਜ਼ੀ ਨਾ ਕਰੋ ਗੁੱਲੂ ਦੇ ਪੁੱਤਰਾ ਜ਼ਰਾ ਹੋਸ਼ ਨਾਲ ਗੱਲ ਕਰ ਓਏ ਦੇਹਾ ਇੱਕ ਧੋਬੀ ਪਟਣਾ ਲਾ ਦਿਆਂ ਰਗੜਾ ਕਢਵਾ ਦਿਆਂ ਫਾਂਸੀ ਫਾਂਸੀ ਆਹੋ ਬੰਦਾ ਮਾਰ ਛੱਡਿਆ ਜੇ ਬੱਚੂ ਕੱਲ ਰਾਤੀ ਇੱਕ 6 ਫੁੱਟਾ ਪਤਾ ਜੇ ਕੀ ਸਜ਼ਾ ਹੁੰਦੀ ਹੈ ਬੰਦਾ ਮਾਰਨ ਦੀ ਹਾਏ ਕੀ ਗੱਲ ਹੈ ਤੇਰੇ ਭਰਾ ਨੇ ਬੰਦਾ ਮਾਰ ਦਿੱਤਾ ਇੱਕ ਰਾਤੀ ਉਹ ਮੈਨੂੰ ਸਭ ਪਤਾ ਹੈ ਜੇ ਮੈਂ ਥਾਣੇ ਜਾ ਕੇ ਦੱਸ ਦਿਆਂ ਤੇ ਇਹਨੂੰ ਫਾਂਸੀ ਲੱਗ ਜਾਏ ਆਹੋ ਸੁਣਿਆ ਫਾਂਸੀ ਚੜਦੇ ਹੀ ਮੌਤ ਆ ਜਾਂਦੀ ਹੈ ਓ ਓ ਹੌਲੀ ਬੋਲੋ ਸੁਜਾਖਾ ਰਾਮ ਜੀ ਹੌਲੀ ਬੋਲੋ ਸੁਜਾਖਾ ਰਾਮ ਜੀ ਕਿਉਂ ਮੈਂ ਬੋਲਾਂ ਹੌਲੀ ਬੜੀ ਮਾਰ ਮੈਂ ਖਾਧੀ ਹੈ ਤੇਰੇ ਕੋਲੋਂ ਬੜਾ ਕੁੱਟਿਆ ਤੂੰ ਮੈਨੂੰ ਹੁਣ ਬੋਲ ਬੱਚੂ
ਕੀ ਬੋਲਾਂ, ਇਹ ਗੱਲ ਤੇ ਬਸ ਤੁਸੀਂ ਠੱਪੀ ਰਹਿਣ ਦਿਓ। ਠੱਪੀ ਰਹਿਣ ਦਿਓ, ਫਿਰ ਕਦੀ ਮੈਨੂੰ ਰਗੜਾ ਤੇ ਨਹੀਂ ਲਾਏਗਾ? ਓ ਨਹੀਂ ਜੀ, ਮਾਰੇਗਾ ਤੇ ਨਹੀਂ ਮੈਨੂੰ ਕਦੀ? ਓ ਨਹੀਂ, ਮੈਨੂੰ ਆਪਣੇ ਘਰ ਆਉਣ ਤੋਂ ਰੋਕੇਗਾ ਤੇ ਨਹੀਂ? ਓ ਬਿਲਕੁਲ ਨਹੀਂ। ਦੇਖੋ ਗੁੱਲੂ, ਤੇਰੀ ਜਾਨ ਸਾਡੀ ਮੁੱਠੀ 'ਚ, ਤੇ ਜੇ ਤੂੰ ਚਾਹੁੰਦਾ ਕਿ ਇਹ ਮੁੱਠ ਬੰਦ ਰਵੇ ਤੇ ਹੱਸ ਕੇ ਚੁਹਾਰਾ ਲਾ ਦੇ ਸਾਡੇ ਮੂੰਹ 'ਚ। ਓ ਅਸੀਂ ਕਦੋਂ ਨਾ ਕੀਤੀ ਹੈ ਸੁਜਾਕਾ ਰਾਮ ਜੀ? ਓਏ ਹੁਣ ਸਾਡਾ ਨਾਂ ਨਾ ਲਿਆ ਕਰ, ਕੁਝ ਹੋਰ ਕਹਿ ਕੇ ਬੁਲਾਇਆ ਕਰ ਸਾਨੂੰ। ਅੱਗੋਂ ਤਾਂ ਤੁਹਾਨੂੰ ਅਸੀਂ ਕੀ ਆ ਕੇ ਬੁਲਾਇਆ ਕਰੀਏ ਜੀ? ਉਹ ਅੱਛਾ ਤੇ ਪਨੋਈਆ ਜੀ, ਜਿਸ ਗੱਲ ਵਿੱਚ ਤੁਸੀਂ ਰਾਜੀ ਉਸ ਗੱਲ ਵਿੱਚ ਅਸੀਂ ਰਾਜੀ, ਉਹ ਤਾਂ ਸਾਡਾ ਰੱਬ ਵੀ ਰਾਜੀ। ਉਹ ਤੁਸੀਂ ਹਾਰੀ ਤੇ ਅਸਾਂ ਜਿੱਤੀ ਬਾਰੀ, ਜਾ ਮਠਿਆਈ ਲਿਆ ਕੇ ਸਾਡੇ ਮੂੰਹ ਲਵਾਓ। ਅਸੀਂ ਤੁਸੀਂ ਬੈਠੋ ਤੇ ਮੈਂ ਹੁਣੇ ਲੈ ਕੇ ਆਇਆ। ਗੁਲਾਬ ਜੰਮੂ ਤੇ ਬਾਲੂ ਸ਼ਾਹੀ ਨਾ ਭੁੱਲਿਆ ਜੇ, ਲਵਾਈ ਨੇ ਤਾਜ਼ਾ ਹੀ ਬਣਾਇਆ ਜੇ। ਬਹੁਤ ਚੰਗਾ ਜੀ। ਮੇਰੀ ਰਾਣੋ, ਮੈਂ ਤੇ ਤੇਰੇ ਭਰਾ ਨੂੰ ਜਿਹੜਾ ਯਰਕਾਂਦਾ ਸਾ ਪਿਆ, ਇਹਨੂੰ ਫਾਂਸੀ ਲਵਾ ਕੇ ਮੈਨੂੰ ਕੀ ਮਿਲਣਾ ਬੜੇ ਨੇ? ਆਖਿਆ ਤੂੰ ਕਿੰਨਾ ਚੰਗਾ। ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਚੱਲੀ, ਅਜੇ ਤੱਕ ਤੂੰ ਘੜੇ ਚ ਪਾਣੀ ਨਹੀਂ ਭਰਿਆ? ਅੱਖਾਂ ਵਿੱਚ ਪਾਣੀ ਭਰ ਲਿਆ ਲਾਲੀ, ਪਰ ਉਹ ਨਹੀਂ ਆਇਆ। ਰਾਜੂ, ਉਹ ਹੁਣ ਕੀ ਆਏਗਾ? ਚੱਲ ਘਰ ਚੱਲ। ਨਾ, ਮੈਂ ਤਾਂ ਉਹਨੂੰ ਉਡੀਕ ਕੇ ਹੀ ਕਰ ਜਾਂਗੀ, ਤੂੰ ਜਾ। ਅੜੀਏ, ਜੇ ਉਹ ਨਾ ਆਇਆ ਤੇ ਫਿਰ? ਮੇਰੇ ਸੱਚੇ ਪਿਆਰ ਦੇ ਧਾਗੇ ਉਹਨੂੰ ਖਿੱਚ ਕੇ ਜ਼ਰੂਰ ਇੱਥੇ ਲੈ ਆਉਂਗੀ। ਜੇ ਪਿਆਰ ਵਾਲੇ ਧਾਗੇ ਕੱਚੇ ਨਿਕਲੇ ਤੇ ਫਿਰ? ਫਿਰ ਮੇਰੀ ਤਕਦੀਰ। ਚੰਗਾ, ਤੇ ਫਿਰ ਮੈਂ ਚੱਲੀ। ਕਿਹਦੇ ਵਿਯੋਗ ਵਿੱਚ ਹਾਲ ਕੀਤਾ ਜੇ, ਕਦੇ ਸਾਡਾ ਵੀ ਤਾਂ ਖਿਆਲ ਕਰਿਆ ਕਰੋ। ਗਣੇਸ਼ਿਆ, ਮੂੰਹ ਸੰਭਾਲ ਕੇ ਗੱਲ ਕਰਿਆ ਕਰ। ਸਾਡੇ ਕੋਲੋਂ ਕਦ ਤੱਕ ਮੂੰਹ ਮੋੜੋਗੇ? ਜਿਹਦੀ ਯਾਦ ਇੱਥੇ ਬੈਠੇ ਸੋ, ਉਹ ਕਿਧਰੇ ਹੋਰ ਹੀ ਮਾਰਾ ਮੋੜ ਗਿਆ ਜੇ। ਕੀ ਮਤਲਬ ਹੈ ਤੇਰਾ? ਮਤਲਬ ਇਹ ਜੇ ਕਿ ਕਿਹਨੂੰ ਪਤਾ ਹੈ ਕਿ ਜਾਨ ਚ ਹੈ ਵੀ ਕਿ ਨਹੀਂ ਹੈ? ਗਣੇਸ਼ਿਆ, ਮੂੰਹ ਪੈੜਾ ਹੋਵੇ ਤੇ ਗੱਲ ਚੰਗੀ ਕਰੀ ਦੀਏ। ਮੇਰੇ ਰਾਜੂ ਦੀ ਸੱਤੀ ਖੈਰਾ, ਹੁਣ ਖੈਰ ਮਨਾਉਣ ਦੇ ਦਿਨ ਗਏ ਚੰਬੀਏ, ਹੁਣ ਜੇ ਕਦੇ ਯਾਦ ਆਵੇ ਤੇ ਸ਼ਰਾਬ ਕਰ ਛੱਡੀ। ਨਹੀਂ ਨਹੀਂ, ਇਹ ਗੱਲ ਝੂਠ ਹੈ ਚੰਬੀਏ, ਇਹ ਗੱਲ ਝੂਠ। ਮੇਰਾ ਦਿਲ ਗਵਾਈ ਨਹੀਂ ਦਿੰਦਾ। ਭਾਈਆ, ਰਾਜੂ ਨੇ ਆ ਜਾਣਾ ਸੀ, ਪਰ ਸ਼ਾਮ ਹੋ ਗਈ, ਉਹ ਅਜੇ ਤੱਕ ਨਹੀਂ ਆਇਆ। ਭਾਈਆ, ਤੂੰ ਜਾ, ਤੈਨੂੰ ਮੇਰੀ ਸੋ ਹੁਣੇ ਜਾ। ਸਬਰ ਕਰ ਤੀਏ, ਸਬਰ ਕਰ। ਇਹ ਗੱਲ ਸੁਣ ਕੇ ਕੋਈ ਕਿਸ ਤਰ੍ਹਾਂ ਸਬਰ ਕਰੇ? ਭਾਈਆ, ਤੂੰ ਹੁਣੇ ਜਾ, ਨਹੀਂ ਤੇ ਮੈਂ ਪਾਗਲ ਹੋ ਜਾਵਾਂਗੀ। ਮੈਂ ਤੇਰਾ ਦੁੱਖ ਸਮਝਣਾ ਵਾ ਧੀਏ, ਤੂੰ ਹੌਸਲਾ ਰੱਖ, ਰੱਬ ਮੇਰ ਕਰੇਗਾ। ਪਰ ਇਹ ਗੱਲ ਗਲਤ ਨਹੀਂ ਤੇ ਹੋ ਸਕਦੀ ਹੈ, ਤੂੰ ਫਿਕਰ ਨਾ ਕਰ। ਬਸ ਮਾਂ,
की होया तेनू? रज की रोटी भी नहीं खाना? भूख मर गई मां। किन्ने मारी है तेरी भूख? तेरी सोन तेरिया बेड़िया ने जिड़िया तू मेरे पैर ही पा दतिया ने मां। ते मैं मां होके डायना तेरे वास्ते, तेरे ते किसने जादू पा दिता है तदे तू मां नाल इहो जिहा गल्ला करना? जादू पिया ते सी पर तू चलन नहीं दिता। कौन है डैड? चल छठ मां की करना कुछ। होके का दे पर मैं सौ पाके दिल तोड़े ते होके भी ना परा किसी की याद आए ते की करा मां? वेख राजू, मैंने तेरी जिन सुवा दुनिया की कोई चीज प्यारी नहीं, भावे कुछ हो जाए मैं तेरे शाम को नहीं जान देना। चंगा राजू। राजू पुत्र तू ठीक है ना? बच्चे बड़ी प्यारी खबर सुनी सी। शुक्र है तू ठीक है, तेन वेखते ही बच्चे जान जान आ गए। आओ जी। जी आया, कितों आयो? मैं भैन जी शाम पर तू आया। तू शाम पर तू आया? तू चुप कर, इन्नी पैरी वापस मुड़ा जितों आया। भैन मेरी गल तो सुन। मैं कुछ नहीं सुनना, सारा शामपुर मेरे पुत्र की जान का वैरी। पर मैं तो वैरी नहीं भैन, मैं तो जिंदगी भरी का देना नहीं दे सकता। भैन मैं तेरे को एक गल की भिख मंगना आया। की मंगना है? खून चाहिए मेरे पुत्र का, अगे कट लो पीते जे मेरे लाल का। मैं कहनी चला जा, दगा हो जा तू। अड्डी हुई चोली वापस ले जावा। राजू पुत्र तू तो कुछ बोल, समझा अपनी मां। मेरे मुंह से तो मां ने जंदरे मार दिते ने चाचा, की बोला की ना बोला। अच्छा अच्छा पुत्र, मैं जाना हूं, मैं जाना हूं। चाचा चाचा, मां मैं तुझे चंगा नहीं किया, मां बहुत बुरा किया। अपने बाप को सुना ले मां, आवाज मार ले मां। कोई मां अपने पुत्र की मौत नवाज नहीं मारती। वो दी मां भुखी शेरनी वांग मेरे गल पै गई, ते चुपचाप दूर खलोता रहा। मैं चोली अड्डी तेरे प्यार दी भिख भी मंगी, पर वो दी मां दा दिल खबरे कादा बनिया होया है। मेरी एक नसूर थी है, एक नसूर ऐसे मेरा ही कसूर है भैया। मैं ही तेनू इत्थे कल के तेरे पत लाई। तेरा कादा कसूर है चंपीए? तेरे लगन कुछ ठंडे चाप देने। हुन तू ये गल भुल जाती है, भुल जा। किस तरह भूल जाओ, किस तरह भूल जाओ, किस तरह भूल जाओ। चंदी दी
ਹੋਈ ਨਾ ਜਿਹੜੀ ਮੈਂ ਆਖਦੀ ਸਾਂ। ਮੈਨੂੰ ਯਕੀਨ ਨਹੀਂ ਆਉਂਦਾ ਲਾਲੀ, ਉਹ ਮੈਨੂੰ ਇਸ ਤਰ੍ਹਾਂ ਧੋਖਾ ਨਹੀਂ ਦੇ ਸਕਦਾ। ਜ਼ਰੂਰ ਕੋਈ ਗੱਲ ਹੈ। ਤੇ ਫਿਰ ਹੌਸਲਾ ਕਰ, ਆਪ ਜਾ ਕੇ ਪਤਾ ਕਰ। ਮੈਂ ਉੱਥੇ ਕਿਸ ਤਰ੍ਹਾਂ ਜਾ ਸਕਦੀ ਹਾਂ? ਇਸ਼ਕ ਕਰਨੇ ਸੌਖੇ ਨਹੀਂ ਹੁੰਦੇ ਬਲੀਏ। ਜਿਸ ਤਰ੍ਹਾਂ ਕੱਚੇ ਘੜੇ ਤੇ ਸੋਹਣੀ ਗਈ ਸੀ ਮਹਿਵਾਲ ਨੂੰ ਮਿਲਣ, ਸੱਸੀ ਤਪਤੀ ਰੇਤ ਦੇ ਥੱਲਾਂ ਵਿੱਚ ਪੁੰਨੂ ਪੁੰਨੂ ਪੁਕਾਰਦੀ ਸੀ ਤੇ ਲੱਭਦੀ ਸੀ ਆਪਣੇ ਪ੍ਰੀਤਮ ਨੂੰ। ਜਾ ਕੇ ਆਪ ਪਤਾ ਕਰ ਲੈ। ਤੂੰ ਠੀਕ ਆਖਿਆ ਲਾਲੀ, ਮੈਂ ਜਾਵਾਂਗੀ। ਓਏ ਪੰਗਿਆ, ਸਾਡੀ ਪੈਲੀ ਨੂੰ ਹੀ ਪੈ ਗਿਆ, ਇਹ ਤੇਰੇ ਪਿਓ ਦਾ ਮਾਲ ਹੈ। ਮਾਲ ਤੇ ਤੇਰਾ ਹੀ ਪਿਓ ਦਾ, ਪਰ ਮੇਰੇ ਨਾਲ ਜਰਾ ਗੱਲ ਹੋਸ਼ ਨਾਲ ਕਰੀ, ਨਹੀਂ ਤੇ ਮੈਂ ਤੇਰੀ ਸਾਰੀ ਬਦਮਾਸ਼ੀ ਕੱਢ ਦਿਆਂਗਾ। ਬੱਲੇ ਓਏ, ਨਾਲੇ ਚੋਰ ਤੇ ਨਾਲੇ ਚਤਰ, ਰੱਖ ਦੇ ਪੈਸੇ। ਮੈਨੂੰ ਗੱਲਾਂ ਛੱਡ ਦੇ ਤੇ ਸਾਹਮਣੇ ਹੋ ਕੇ ਮੇਰੀ ਗੱਲ ਸੁਣ, ਨਹੀਂ ਤੇ ਫਾਂਸੀ ਲਵਾ ਦੇਊਂਗਾ। ਫਾਂਸੀ? ਕਾਹਦੀ ਫਾਂਸੀ? ਰੇਸ਼ਮੀ ਰੱਸੀ ਦੀ। ਸੁਣਿਆ ਜਿਹਦੇ ਇੱਕ ਵਾਰੀ ਗੱਲ ਚ ਆ ਜਾ ਉਹਦੀ ਝੱਟ ਹੀ ਮੌਤ ਹੋ ਜਾਂਦੀ ਹੈ। ਕਿਸ ਕਸੂਰ ਚ? ਬੰਦਾ ਮਾਰਨ ਦੇ ਕਸੂਰ ਚ। ਯਾਦ ਹੀ, ਤੂੰ ਤੇ ਗੁੱਲੂ ਨੇ ਰਲ ਕੇ ਇੱਕ ਬੰਦਾ ਮਾਰਿਆ ਸੀ। ਪਰ ਉਹ ਤੇ ਤੇਰੇ ਸ਼ਾਹ ਨੇ ਆਖਿਆ ਸੀ। ਪਰ ਬੱਚੂ, ਫਾਂਸੀ ਤੇ ਤੁਸੀਂ ਚੜੋਗੇ, ਮੈਂ ਪੁਲਿਸ ਚ ਰਿਪੋਰਟ ਕਰ ਦਿਆਂਗਾ। ਮੁਨਸ਼ੀ ਸੁਜਾਖਾ ਰਾਮ ਜੀ, ਮੈਨੂੰ ਮਾਫ ਕਰ ਦਿਓ ਬਾਦਸ਼ਾਹ। ਚੱਲ ਫਿਰ, ਚੱਕ ਲੈ ਗੰਢ ਤੇ ਲੈ ਚੱਲ ਸਾਡੀ ਰਾਣੀ ਦੇ ਘਰ, ਅਸੀਂ ਇਹਦਾ ਅਚਾਰ ਖਵਾਵਾਂਗੇ। ਜਦੋਂ ਸਾਡੀ ਬਰਾਤ ਚੜੇਗੀ ਤੇ ਬਰਾਤੀਆਂ ਨੂੰ ਅਚਾਰ ਖਵਾਵਾਂਗੇ। ਇਹ ਗਾਜਰਾਂ, ਮੂਲੀਆਂ, ਗੋਭੀ ਤੇ ਗੋਂਗਲੂਆਂ ਦਾ ਅਚਾਰ ਸਾਨੂੰ ਬੜਾ ਹੀ ਚੰਗਾ ਲੱਗਦਾ ਹੈ। ਆਜਾ ਆਜਾ ਸਾਡੇ ਪਿੱਛੇ ਪਿੱਛੇ। ਨਾ ਖਾਂਦਾ ਹੈ, ਨਾ ਪੀਂਦਾ, ਨਾ ਹੱਸਦਾ, ਨਾ ਬੋਲਦਾ। ਖਰੇ ਕੀ ਹੋ ਗਿਆ ਮੇਰੇ ਰਾਜੂ ਨੂੰ? ਮਾਂ ਜੀ, ਮੈਨੂੰ ਤੇ ਇੰਜ ਲੱਗਦਾ ਜੇ ਰਾਜੂ ਨੂੰ ਕਿਸੇ ਨੇ ਟੂਣਾ ਕਰ ਦਿੱਤਾ। ਮੇਰੀ ਅਕਲ ਤੋਂ ਕੰਮ ਲਓ ਤੇ ਇਹਨੂੰ ਕਿਸੇ ਸਾਧੂ ਮਹਾਤਮਾ ਕੋਲ ਲੈ ਚਲੋ। ਇਹੋ ਜੇ ਜਾਦੂ ਟੂਣਿਆਂ ਦਾ ਇਲਾਜ ਜੋਗੀਆਂ ਤੇ ਬਰਾਗੀਆਂ ਕੋਲ ਹੀ ਹੁੰਦਾ ਜੇ। ਕਹਿੰਦਾ ਤਾਂ ਤੂੰ ਠੀਕ ਹੈ ਭਰਾਵਾ, ਪਰ ਸਾਡੇ ਪਿੰਡ 'ਚ ਇਹੋ ਜਿਹਾ ਕੋਈ ਸਾਧੂ ਵੀ ਤਾਂ ਨਹੀਂ ਨਾ? ਤੁਸੀਂ ਬੜੇ ਭਾਗਾਂ ਵਾਲੇ ਜੇ। ਕੱਲ੍ਹ ਹੀ ਇੱਕ ਜੋਗੀ ਸਾਡੇ ਪਿੰਡ ਆਇਆ ਜੇ, ਪਿੰਡੋਂ ਬਾਹਰ ਧੂਣੀ ਲਾ ਕੇ ਬੈਠਾ ਹੋਇਆ। ਹਾਲਾ ਕਿੱਥੇ ਕਰਕੇ? ਉਹ ਹਰਨਾਮ ਸਿੰਘ ਨੰਬਰਦਾਰ ਦੇ ਨਵਿਆਂ ਨੂੰ ਜਿਹੜੀ ਪਗਡੰਡੀ ਜਾਂਦੀ ਹੈ ਨਾ? ਆਹੋ, ਬਸ ਉਹਦੇ ਸੱਜੇ ਬੰਨੇ ਇੱਕ ਟਿੱਬਾ ਜੇ, ਲੋਕੀ ਉਹਨੂੰ ਜੋਗੀ ਦਾ ਟਿੱਬਾ ਕਹਿੰਦੇ ਆ। ਮੈਂ ਹੁਣੇ ਜਾਣੀ ਆ ਮਹਾਰਾਜ ਕੋਲ। ਜੋਗੀਆਂ ਦੇ ਸਾਹਮਣੇ ਸਿਰ ਨਿਵਾ ਪੁੱਤਰਾ।
ਜੀਤੇ ਰਹੋ ਬੱਚਾ। ਮਹਾਰਾਜ ਜ਼ਰੇ ਨੂੰ ਚੰਗੀ ਤਰ੍ਹਾਂ ਨਾਲ ਵੇਖਣਾ ਔਰ ਇਲਾਜ ਵੀ ਚੰਗੀ ਤਰ੍ਹਾਂ ਕਰਨਾ। ਚਿੰਤਾ ਨਾ ਕਰੋ ਮਾਈ, ਮੈਨੂੰ ਚੰਗੀ ਤਰ੍ਹਾਂ ਵੇਖੇਗਾ ਤੇ ਇਲਾਜ ਵੀ ਧਿਆਨ ਨਾਲ ਹੀ ਕਰੇਗਾ। ਜੈ ਭੋਲੇਨਾਥ, ਜੈ ਭੋਲੇਨਾਥ। ਤੇ ਇਹ ਚਿੰਤੇ ਦੀ ਮਾਰ ਕਿਉਂ ਮਹਾਰਾਜ? ਦੇਖੋ ਮਾਈ, ਜੋ ਤੁਮਨੇ ਆਪਣੇ ਪੁੱਤਰ ਕਾ ਇਲਾਜ ਕਰਾਨਾ ਹੈ ਤੋ ਵਿੱਚ ਮੈਂ ਨਾ ਬੋਲੋ। ਹਾਂ ਜੈ ਭੋਲੇਨਾਥ। ਜਰਾ ਹੌਲੇ ਮਹਾਰਾਜ। ਮਾਈ ਹਮਨੇ ਪਤਾ ਕੱਢ ਲਿਆ ਹੈ। ਕੀ ਪਤਾ ਕੱਢਿਆ ਜੇ ਮਹਾਰਾਜ? ਤੁਮਹਾਰੇ ਪੁੱਤਰ ਕੇ ਉੱਪਰ ਇੱਕ ਕੁੜੀ ਨੇ ਜਾਦੂ ਕਰ ਦਿੱਤਾ ਹੈ ਤੇ ਉਹ ਇਸਕੇ ਦਿਲ ਕੇ ਵਿੱਚ ਕੇ ਅੰਦਰ ਮੈਂ ਵੜ ਗਈ ਹੈ। ਮਹਾਰਾਜ ਉਸ ਚੜੇਲ ਨੂੰ ਕਿਸ ਤਰ੍ਹਾਂ ਦਿਲ ਵਿੱਚ ਕੱਢ ਦਿਓ? ਕੱਢ ਦੇਗਾ ਮਾਈ, ਕੱਢ ਦੇਗਾ, ਤੁਮ ਚਿੰਤਾ ਨਾ ਕਰੋ। ਔਰ ਅਬ ਘਰ ਜਾ ਕੇ ਵਿਸ਼ਰਾਮ ਕਰੋ, ਮੈਨੂੰ ਬਿਲਕੁਲ ਠੀਕ ਕਰ ਦਿਆਗਾ, ਬਿਲਕੁਲ ਠੀਕ ਕਰ ਦਿਆਗਾ। ਮਹਾਰਾਜ ਮੈਂ ਚੱਲੂ। ਮੈਂ ਚੱਲਣਾ? ਨਹੀਂ ਤੁਮ ਇੱਥੇ ਹੀ ਬੈਠੋ, ਹਮ ਤੁਮਹਾਰਾ ਵੱਖਰਾ ਇਲਾਜ ਕਰਾਂਗੇ। ਇੱਥੇ ਹੀ ਬੈਠੋ ਮਾਈ, ਤੁਮ ਪਧਾਰੋ, ਮੈਨੂੰ ਬਿਲਕੁਲ ਠੀਕ ਕਰ ਦਿਆਂਗੇ। ਤੁਹਾਡਾ ਪਹਿਲਾਂ ਹੋਵੇ ਮਾਂ, ਚਿੰਤਾ ਨਾ ਕਰੋ ਮਾਂ। ਜੈ ਸ਼ਿਵ ਸ਼ੰਕਰ, ਜੈ ਸ਼ਿਵ ਸ਼ੰਕਰ, ਜੈ ਭੋਲੇਨਾਥ। ਉਹ ਭੋਲੇਨਾਥ ਦੇ ਪੁੱਤਰਾ, ਮਾਂ ਦੇ ਸਾਹਮਣੇ ਮੈਂ ਬੋਲਿਆ ਨਹੀਂ। ਤੂੰ? ਹਾਂ ਮੈਂ ਬਚ ਗਈ, ਨਹੀਂ ਤੇ ਪਤਾ ਨਹੀਂ ਹੋਰ ਕਿੰਨੇ ਚਿਮਟੇ ਖਾਣੇ ਪੈਣੇ। ਲੈ ਮਾਂ, ਮੈਂ ਤੇਰਾ ਕਸੂਰਵਾਰ, ਪਰ ਮੈਂ ਮਜਬੂਰ ਸਾਂ ਚੰਗੀ। ਮਜਬੂਰ ਸੀ ਕਿਉਂ ਨਹੀਂ ਕਰਨਾ? ਪਿਆਰ ਪਾ ਕੇ ਤੇ ਫਿਰ ਝੂਠੇ ਵਾਅਦੇ ਕਰਕੇ ਇਸ ਤਰ੍ਹਾਂ ਭੁੱਲ ਜਾਈਦਾ ਕਿਸੇ ਨੂੰ, ਇਸ ਤਰ੍ਹਾਂ ਕਿਸੇ ਦੇ ਦਿਲ ਦੀ ਦੁਨੀਆ ਉਜਾੜੀ ਦੀ। ਮੈਂ ਸੱਚ ਕਹਿਣਾ ਚਾਹੁੰਦੀ ਹਾਂ, ਮਜਬੂਰੀਆਂ ਨੇ ਮੇਰੇ ਰਾਹ 'ਚ ਕੰਡੇ ਵਿਛਾ ਦਿੱਤੇ ਸਨ। ਪਿਆਰ ਕਰਨ ਵਾਲਿਆਂ ਨੂੰ ਕੰਡਿਆਂ ਨਾਲ ਹੱਥ ਤੱਕ ਹੀ ਕਰਨੇ ਹੀ ਪੈਂਦੇ ਨੇ ਤੇ ਉਹਨਾਂ ਨੂੰ ਰਾਹ ਵਿੱਚੋਂ ਹਟਾਉਣਾ ਹੀ ਪੈਂਦਾ। ਤੂੰ ਵੀ ਸੱਚੀ ਚਾਹੁੰਦੀ ਹੈ ਤੇ ਮੈਂ ਵੀ ਸੱਚਾ, ਪਰ ਮੈਂ ਕੀ ਕਰਾਂ? ਮੈਂ ਮਾਂ ਨੂੰ ਵਚਨ ਦੇ ਬੈਠਾ ਸਾਂ। ਕਿਸ ਗੱਲ ਦਾ ਵਚਨ? ਤੇਰੇ ਪਿੰਡ ਨਾ ਆਉਂਦਾ। ਹੋ ਕਿਉਂ? ਸੁਣ, ਹਾਂ ਤੇ ਇਹ ਗੱਲ ਹੈ, ਫਿਰ ਤੇ ਮੈਂ ਐਵੇਂ ਭੁੱਲੀ ਰਹੀ। ਰਾਜੂ, ਇਹ ਸਾਰੀ ਉਸ ਗਣੇਸ਼ੀ ਦੀ ਸ਼ਰਾਰਤ ਹੈ, ਉਹ ਤੇਰੀ ਜਾਨ ਦਾ ਦੁਸ਼ਮਣ ਹੈ। ਕੋਈ ਗੱਲ ਨਹੀਂ ਚੰਬੀ, ਉਹਨੂੰ ਵੇਲੇ ਸਿਰ ਸਮਝ ਲਵਾਂ, ਪਰ ਮੈਂ ਮਾਂ ਨੂੰ ਕਿਸ ਤਰ੍ਹਾਂ ਸਮਝਾਵਾਂ? ਇਹ ਤੂੰ ਮੇਰੇ ਤੇ ਛੱਡ ਦੇ, ਇਹ ਜੋਗੀ ਵਾਲਾ ਵੇਸ ਐਸੀ ਗੱਲ ਕਰਕੇ ਦਿੱਤਾ ਰੇ। ਸੁਣ, ਫਿਰ ਠੀਕ ਹੈ ਚੰਬੀ, ਆਏ ਰਾਤੀ ਸੋਹਣਾ ਨਾਟਕ ਜਾਵਾਂਗੇ। ਮਾਂ, ਮਾਂ, ਮਾਂ ਲੈ ਜਲਦੀ ਨਾਲ ਰੋਟੀ ਦੇ, ਅੱਜ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਸ਼ੁਕਰ ਕਰੇ, ਅੱਜ ਤੂੰ ਆਪਣੇ ਮੂੰਹੋਂ ਰੋਟੀ ਮੰਗੀ। ਮਾਂ, ਮੈਂ ਅੱਜ ਰੱਜ ਕੇ ਰੋਟੀ ਖਾਵਾਂਗਾ, ਲੈ ਦੋ ਚਾਰ ਗੰਡੇ ਦੇ ਨਾਲ ਢੇਰ ਸਾਰਾ ਅੰਬ ਦਾ ਅਚਾਰ ਦੇ। ਜੀਨ ਜੋਗਿਆ, ਜੋ ਦਿਲ ਕਰਦਾ ਹੀ ਖਾ। ਪਰ ਕੀ ਆਖਦਾ ਸੀ ਜੋਗੀ? ਮਾਂ ਬੜਾ ਹੀ ਚੰਗਾ ਜੋਗੀ, ਮੇਰੇ ਸੀਨੇ ਚੋਂ ਸਾਰੇ ਗਮ ਕੱਢ ਕੇ ਦੁਨੀਆ ਭਰ ਦੀਆਂ ਖੁਸ਼ੀਆਂ ਭਰ ਦਿੱਤੀਆਂ। ਹੱਲਾ, ਰੱਬ ਉਸਦਾ ਪੱਲਾ ਕਰੇ। ਉਸ ਡੈਨ ਦੀ ਯਾਦ ਵੀ ਕਦੇ ਤੇਰੇ ਦਿਲ ਚ ਕਿ ਨਹੀਂ? ਉਹ ਡੈਨ ਉਹਨੂੰ ਤਾਂ ਬਿਲਕੁਲ ਭੁੱਲ ਗਿਆ ਸਾਂ ਮਾਂ, ਪਰ ਤੂੰ ਫੇਰ ਯਾਦ ਕਰਾ ਦਿੱਤੀ। ਮਰ ਜਾ ਨੂੰ। ਹਾਏ ਹਾਏ, ਮੇਰੀ ਜ਼ਬਾਨ ਸੜੇ, ਤੂੰ ਆਰਾਮ ਨਾਲ ਖਾ ਰੋਟੀ, ਮੈਂ ਕੋੜੇ ਨੂੰ ਦਾਣਾ ਪਾ। ਜੋਗੀ ਨੂੰ ਛੇਤੀ ਬੁਲਾ। ਜੋਗੀ ਨੂੰ ਮੈਂ ਹੁਣੇ ਲੱਗ ਜਾਂਦੀ।
ਜਾਣਾ ਮਹਾਰਾਜ, ਰੋਲਾ ਪਾਣੇ ਸੇ ਕੁਛ ਨਹੀਂ ਹੋਵੇਗਾ ਮਾਈ, ਹਮ ਹੁਣੇ ਦੇਖਤਾ ਹੈ। इसको तो काले फणियर नाग ने वड्या है। आहो महाराज, पर ये बोलदा क्यों नहीं? बच भी जाएगा ना मेरा पुत्र? बच भी जाएगा ते बोलेगा भी, मगर इसके लिए हमको दो दिन ते दो रात मंत्र फूकना पड़ेगा। महाराज, जिन्हें दिन मर्जी ला लो, मैंने तो मेरा पुत्र हंसता खेलता मिलना चाहिए। मई, तुम अब बाहर को जाओ और हम अंदर से कुंडा बंद कर लेता है। दो दिन और दो रात ना कोई बुए के नेड़े आए और ना कोई कुंडा खड़काए, समझी? हाँ महाराज। इसके बाद हम इसे ठीक ठाक करके खुद बुआ खोलेगा, समझी? हाँ महाराज। ते फिर बार नू वग जाओ, ते जाके आराम नाल सो जाओ। फिर जे किसी ने बुआ खड़काया ते हमारी समाधि भंग हो जाएगी, ते हम भंग दा गोला खा के फिर तू समाधि ते बैठ जाएगा, ते फिर हम तुम्हारा मुंडा बचाने की सो नहीं खा सकता। सत बचन महाराज, सत बचन, सत बचन, सत बचन। आ मेरे पिल्ले जोगी, तू तो कमाल कर देता है यार, मानू जरा भी नहीं पता लगा। पता किस तरह लगता? तू भी तो चंगी तरह दड़ वट ली सी। ओ जोगी, जद तो तू आया मेरे कार, मेरे उतर गया वे बुखार। बोली बोल, बोली बोल, किधरे माने सड़ियां गला सुनिए ना, तेरा सारा पंडा फूट जाएगा। हाय रे, ठीक है, हाँ चल फिर बाहर चल। चल जवान किधरू, चल पिछू, चल चल। चुन चुन तारे अनु, एक दो नहीं सारे अनु, तेरी मैं चांजर बनावा बनावा। चुन चुन तारे अनु, एक दो नहीं सारे अनु, अदाच तेरे बछावा बछावा। चुन चुन तारे अनु, एक दो नहीं सारे अनु। साथ रहसी ऐसे तरह चांदनी रात रहसी। तू गावे मैं नच दी जावा,
चुन तारे अनु एक दो नहीं सारे अनु राजू चन वर्गी सोहनी कुड़ी नाल प्यार दे गाने प्या गांदाई वे विसाखी रामा किधरे सपना तो नहीं वेख्या की प्या आखना नहीं बेबे तेनू अतबार ने चल मेरे नाल वेख ले चल के आ जा बस हुन ते मैं तेरी मां को तेन मंग ही लेना है ऐसा तेरी मत है चंगी मैं तो उम्मीद ला बैठा सा राजू आज तन दिल करता है ऐ रात इतनी लंबी हो जाए इतनी लंबी हो जाए कि कभी ना मुके रब करे ऐ कर्मा वाली रात तक कभी सवेरा ना होए राजू हमने तुमको मोड़ा था माई फिर तुमने बुआ क्यों खड़काया बोलो बुआ क्यों खड़काया उन रो बैठ के अपनी किस्मत लो क्षमा करो महाराज पुल हो गए मैं हुणे हुणे अपने राजू ने एक कुड़ी दे नाल तलाते वेख्या सी अपने दिल दा भरम मिटाण वास्ते बुआ खड़काया सी हाँ वो तो हमारी माया का खेल था माई जो तुमने तलाते वेख्या तुमने साढ़े ते शक किया है माई गुलू गुलू की गल है जाकर आऊंगी गल की होनी है बस एवं ही
ਖਲੋ ਰਹੇ ਹਾਂ ਉਹ ਮੰਜੀ ਲਿਆ ਕੇ ਦਾ ਸਾਂ ਬਹਿਣਾ ਕਮਾ ਲੇ ਬਈ ਖਲੋ ਰਹੇ ਹੈ ਉਹ ਕੋਈ ਲੱਸੀ ਪਾਣੀ ਪੁੱਛ ਸਾਨੂੰ ਉਹ ਬੜੇ ਕੌੜੇ ਪਏ ਬੋਲਦੇ ਹੋ ਇਧਰੋਂ ਲੜ ਕੇ ਆਏ ਹੋ ਓਏ ਪਹਿਲਾਂ ਸਾਨੂੰ ਲੱਸੀ ਦਾ ਗਲਾਸ ਪਿਆ ਅਸੀਂ ਕਲੇਜਾ ਠੰਡਾ ਕਰ ਲਈਏ ਫਿਰ ਤੇਰੇ ਨਾਲ ਗੱਲ ਕਰਾਂਗੇ ਰਾਣੀ ਗਈ ਹੈ ਖੂਹ ਤੇ ਪਾਣੀ ਭਰਨ ਉਹ ਆਏਗੀ ਲੱਸੀ ਰਿੜਕੇਗੀ ਪਿਆ ਦੇਵਾਂਗੇ ਕਮਾਲ ਤੇ ਅਸੀਂ ਇਹਨਾਂ ਚ ਤਰਿਆਏ ਬਹਿ ਲਈਏ ਓਏ ਤੂੰ ਆਪ ਲੱਸੀ ਰਿੜਕ ਲੈ ਤੇਰੇ ਕਿਹੜੇ ਹੱਥ ਟੁੱਟ ਚੱਲੇ ਨੇ ਮੈਂ ਰਿੜਕ ਲਵਾਂ ਲੱਸੀ ਓਏ ਆਹੋ ਗੱਲ ਸੁਣਨ ਵਾਲੇ ਰਾਣੀ ਕੋਲ ਹੁਣ ਬਹੁਤਾ ਕੰਮ ਨਾ ਕਰਾਇਆ ਕਰ ਉਹ ਪਰਾਈ ਹੋਣ ਵਾਲੀ ਏ ਭਾਂਡੇ ਟਿੰਡੇ ਵੀ ਹੁਣ ਆਪ ਹੀ ਮਾਂਜ ਲਿਆ ਕਰ ਉਹ ਅੱਛਾ ਭਾਈਆ ਏ ਗੁੱਲੂ ਨਾਲੇ ਮੱਖਣ ਦਾ ਗੋਲਾ ਪਾ ਲਿਆ ਵੀ ਲੱਸੀ ਤੇ ਤਰਦਾ ਮੱਖਣ ਦਾ ਗੋਲਾ ਵੇਖ ਕੇ ਸਾਡੀਆਂ ਅੱਖਾਂ ਨੂੰ ਜਰਾ ਸਰਾਵਟ ਆਉਂਦੀ ਏ ਲਓ ਜੀ ਬੇਵਕੂਫਾ ਜਦੋਂ ਕੋਈ ਘਰ ਆਵੇ ਤੇ ਪਹਿਲਾਂ ਉਹਨੂੰ ਪਿਆਰ ਨਾਲ ਬਿਠਾਈਦਾ ਫਿਰ ਉਹਨੂੰ ਪਾਣੀ ਟਾਣੀ ਪੁੱਛੀਦਾ ਤੇ ਫਿਰ ਗੱਲ ਕਰੀਦੀ ਏ ਸਮਝਿਆ ਆਹੋ ਬੋਲਦਾ ਕਿਸ ਤਰ੍ਹਾਂ ਨਾਲੇ ਗੱਲ ਸੁਣ ਪਾਂਧੇ ਨੂੰ ਬੁਲਾ ਕੇ ਤੇ ਸਾਡੇ ਵਿਆਹ ਦਾ ਮੂਹਰਤ ਕਢਾ ਲੈ ਪਾਂਧੇ ਕੋਲੋਂ ਪੁੱਛਣ ਦੀ ਕੀ ਲੋੜ ਏ ਸਾਡੇ ਲਈ ਤੇ ਹਰ ਦਿਨ ਹੀ ਚੰਗਾ ਉਹ ਜਦੋਂ ਤੇਰਾ ਜੀ ਕਰੇ ਬਰਾਤ ਲੈ ਕੇ ਆ ਜਾ ਅੱਛਾ ਤੇ ਉਹ ਗਾਜਰਾਂ ਤੇ ਗੋਂਗਲੂਆਂ ਦਾ ਚਾਰ ਪੋਇਆ ਈ ਪਵਾ ਦਿੱਤਾ ਈ ਚੰਗਾ ਫਿਰ ਮੈਂ ਚੱਲਣਾ ਰੱਬਾ ਉਹ ਕਿਹੜਿਆਂ ਵਕਤਾਂ ਚ ਫਸਾ ਦਿੱਤਾ ਈ ਇਹ ਛਛੁੰਦਰ ਦਾ ਪੁੱਤਰ ਸਾਡੇ ਘਰ ਟੁੱਕੇਗਾ ਮਾਂ ਮੈਂ ਬਚ ਗਿਆ ਮੈਨੂੰ ਜੋਗੀ ਮਹਾਰਾਜ ਨੇ ਬਚਾ ਲਿਆ ਮੇਰੇ ਲਾਲ ਭਗਵਾਨ ਦਾ ਜੈ ਹੋ ਮਹਾਰਾਜ ਇਸ ਕੱਲ ਜੋਗੀ ਦੇ ਚਮਕਾਰ ਨੇ ਖਾਤਾ ਜੀ ਉੱਠੋ ਮਾਈ ਉੱਠੋ ਆਪਣੇ ਬਚਨ ਕਾ ਪਾਲਣ ਕਰੋ ਔਰ ਆਪਣੇ ਪੁੱਤਰ ਕੋ ਹਮਾਰੇ ਸਾਥ ਭੇਜਣੇ ਕੀ ਤਿਆਰੀ ਕਰੋ ਮਹਾਰਾਜ ਰਾਜ ਕੀ ਵੇਖ ਤੇ ਲਵਾਂ ਆਪਣੇ ਲਾਲ ਜੀ ਭਰ ਕੇ ਪਿਆਰ ਤੇ ਕਰ ਲਵਾਂ ਰਾਜੂ ਮੇਰੇ ਲਾਲ ਮਾਂ ਤੇਰੇ ਤੋਂ ਵਾਰੀ ਚ ਛੇਤੀ ਕਰੋ ਛੇਤੀ ਮਾਈ ਹਮਕੋ ਦੇਰੀ ਹੋ ਰਹੀ ਹੈ ਪਾਣੀ ਕੀ ਚੁੱਲੀ ਲੇਕਰ ਸੰਕਲਪ ਕਰੋ ਕਿ ਤੁਮਨੇ ਆਪਣਾ ਪੁੱਤਰ ਹਮਕੋ ਦਿੱਤਾ ਅੱਛਾ ਮਹਾਰਾਜ ਜੈ ਭੋਲੇਨਾਥ ਜੈ ਭੋਲੇਨਾਥ ਲਓ ਮਹਾਰਾਜ ਆਪਣੇ ਸੱਜੇ ਹੱਥ ਮੇ ਪਾਣੀ ਲਓ ਅਬ ਅੱਖਾਂ ਬੰਦ ਕਰਕੇ ਬੋਲੋ ਤੁਮਨੇ ਆਪਣਾ ਪੁੱਤਰ ਹਮਕੋ ਦਿੱਤਾ ਮੈਂ ਆਪਣਾ ਪੁੱਤਰ ਰਾਜੀ ਜੋਗੀ ਮਹਾਰਾਜ ਦੀ ਸ਼ਰਨ ਦਿੱਤਾ ਮਾਈ ਫਿਰ ਸੇ ਬੋਲੋ ਤੁਮਨੇ ਆਪਣਾ ਪੁੱਤਰ ਹਮਕੋ ਦਿੱਤਾ
मैं अपना पुत्र राजू जोगी महाराज शरण दिता। माई फिर से बोलो, तुमने अपना पुत्र हमको दिता? मैं अपना पुत्र राजू जोगी महाराज शरण दिता। माँ रख तक खोल माँ। इस जोगी भी था ते पूरी, ये तो वही ने जोगी मैं तलादे किनारे देखी। हाँ माँ, ए चंबी, ऐहू मन चिमड़ी हुई थी। माँ, मैंने माफ कर दियो माँ जी। तुसे दो नवराल के मैंने चंगा मूर्ख बनाया, मैंने सीधे तरह दस दिन दे। माँ तुसे जी तरह कर मन लाएगा, उन बोल माँ, किस लाए? जो तारी दोन से लाओ मेरी से, तो अनु दोन हासिया व्यक्ति मेरे के लिए ठंड पड़े। चंबी पुत्र। भैया। हाँ बच्चे। चाचा। चींदे रहो पुत्र, चींदे रहो। किस रहा ना? खरीये थे ना? मैं पुत्र चंबी नू लाया है। उत्थे लोग की तरह तरह दिया गलना करते। घर दो चाचा। लोग कहना किये? रावा, तेरी कुड़ी ने तो मैंने जीत लिया। पैर मुझ को चंगा जहा मूर्त कढ़ा के इन्हें दोनों ब्याह के सूत्र बिच बन दी। तेरे वे भी रौनक लगे तो मेरे सिर का भी पार होला। विसाखियों बाद तू चंगा जहा मूर्त कढ़ा लो। आहो मां, विसाखी का मेला मैं चंबी रूपी ने मनावांगा। मां मैं भंगड़ा पावांगा, मैं नचांगा गावांगा। बोला 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 बोला। कुड़ी कर नाल दी शावा शावा परियां दे नाल दी शावा शावा परा परा रहंदी कोल नहीं बहंदी ते हर दम टाल दी ओ कुड़ी कर नाल दी ओ मुंडा लुद्दी हाण दा ओ बल्ले बल्ले बाजार पुराण दा ओ बल्ले बल्ले कर दे इशारे चाटियां मारे के चोर जमाने दा ओ मुंडा लुद्दी हाण दा। एक दो कड़ी सामने खड़ी परांदा सुट के ओ देख तसली वेख लो चली दिलानू लुट के ओ जर न पछाने राज ना जाने ए कर दी बहाने वचन नहीं पाल दी ओ कुड़ी कर नाल दी ओ बल्ले परियां दे नाल दी ओ शावा बोल नहीं बैंदी के हर दम ताल दी ओ कुड़ी कर नाल दी।
जुल्फ तेरी काली हर मेरे पी गई लम्मी लम्मी गुत बना के मैंने बुत बुलानो सी गई नि पर ना जा तू कर दिल सांझा बना ला मैनू रांझा तू हीर से आल दी बुड़ी कर नाल दी आशावा नाल दी ओ पल्ले बरा रहंदी बोल नहीं बहंदी के हर दम डाल दी ओ कुड़ी कर नाल दी धीरे धीरे सोनी तस्वीरे रंगिया भी रंगिया दिला दिया सांझिया कुड़िये नी कुड़िये ठंड दी पुड़िये मुंडिया भी मुंडिया पिंड दिया कुंडिया गोरा तेरा रंग वे गोल दी ना लंग वे नी मेल जरा अख तो अख पर रख तो ओ बैठा मैं उड़ीक नो वादा कोई कर जा जा तू हुण कर जा हुण ते वादा कर जा जा हुण कर भी जा तुर फिटे में थोड़े दुआ दे देखिए गणेशा की कहंदा ई बाता कौड़ा ना बोल छा रब ने बहुत चंगा कीता है राजू बच गया ते साडे हाथ किसी बेगुनाह दे खून नाल नहीं दंगे गए मेरी भी मत मारी गई सी असा बेचारे राजू नु मार के की लेना सी पल्ले थोड़े ते मेरी रकम दोनों मुड़ के परनोट लिख दियो बाकी और गल च ओ वेले लद गए शाह जी ਕਾਦਾ ਪਰਨੋਟ ਤੇ ਕਾਦੇ ਰੁਪਏ ਅ ਤੂੰ ਸਾਨੂੰ ਕੰਮ ਆਖਿਆ ਸੀ ਅਸੀਂ ਕਰ ਛੱਡਿਆ ਮਾਰਨਾ ਤੇ ਬਚਾਣਾ ਤੇ ਉਸ ਰੱਬ ਦੇ ਹੱਥ ਹੈ ਉਹਦੀ ਵਧੀ ਸੀ ਉਹ ਬਚ ਗਿਆ ਆ ਜੀ ਚਲੀਏ ਚਲੋ ਹੈ ਜਾ ਓਏ ਚੱਲੇ ਕਿੱਥੇ ਹੋ ਹਟ ਜਾ ਪਰੇ ਓਏ ਇੱਕ ਦਿਨਾਂਗਾ ਗਣੇਸ਼ਾ ਜੀ ਜੀ ਜਾਂਦੇ ਨਾ ਹਰਾਮਪੁਰਾ ਨੂੰ ਮੂੰਹ ਸੰਭਾਲ ਕੇ ਗੱਲ ਕਰ ਓਏ ਸੂਤ ਖੋਰਿਆ ਨਹੀਂ ਤੇ ਕਸਮ ਨੂੰ ਮਾਰ ਕੇ ਬੱਤੀ ਦੇ ਬੱਤੀ ਦੰਦ ਬਾਹਰ ਕੱਢ ਲਓ ਜਾਣਦੇ ਗੱਲੂ ਇਸ ਬੇਈਮਾਨ ਨੂੰ ਮਾਰ ਕੇ ਕੀ ਲੈਣਾ ਚੱਲ ਚਲੀਏ ਅੜਾ ਬੱਚਾ ਵਾਹ ਬਈ ਵਾਹ ਸਵਾਰ ਆ ਗਿਆ ਠੰਡ ਪੈ ਗਈ ਇਕਲੇ ਜੇ ਪਰ ਅਸਲੀ ਉਦਨ ਪੈਗੀ ਜਿੱਦਨ ਗੁੱਲੂ ਚਾਰ ਪੁਆਟਨੀਆਂ ਤੇਰੀਆਂ ਸਾਡੇ ਨਾਲ ਦੁਆ ਦੇਗਾ ਹੁਣ ਜਾ ਵੀ ਨਾ ਸ਼ਾਹ ਗੁੱਸੇ ਹੋਏ ਗਏ ਓਏ ਹੁਣ ਅਸਾਂ ਸ਼ਾਹ ਦੀ ਨੌਕਰੀ ਛੱਡ ਦੇਣੀ ਬੇਈਮਾਨ ਦੀ ਨੌਕਰੀ ਹੁਣ ਕਰਕੇ ਸਾਡੇ ਕੋਲੋਂ ਬੇਈਮਾਨ ਨਹੀਂ ਕੋਇਆ ਜਾਂਦਾ ਓਏ ਨਿਕਲ ਓਏ ਇਥੋਂ ਬੰਦਿਆ ਪੁੱਤਰਾ ਓ ਬੰਦੇ ਮੈਂ ਤੈਨੂੰ ਫੈਲ ਲਾ ਦੇਵਾਂਗਾ ਓਏ ਅੱਜ ਇਹਨੂੰ ਮੈਂ ਚੁੱਕ ਕੇ ਬਾਹਰ ਹੀ ਸੁੱਟ ਦੇਣਾ ਹੈ ਮੈਂ ਤੈਨੂੰ ਫਾਂਸੀ ਲਵਾ ਲਿਆ ਓਏ ਪੁੱਤਰਾ ਰਾਜੂ ਅਜੇ ਮਰਿਆ ਨਹੀਂ ਉਹ ਜਿਉਂਦਾ ਹੈ ਉਹ ਮੈਂ ਮਰ ਗਿਆ ਜੇ ਆਏ ਹਾਲੇ ਤੂੰ ਕਿੱਥੋਂ ਮਰਿਆ ਤੈਨੂੰ ਤੇ ਮੈਂ ਹੁਣ ਮਾਰਾਂਗਾ ਬੇਚਾਰਾ ਰਾਣੀਆਂ ਰਾਣੀਆਂ ਬੇਚਾਰਾ ਆਪਣੇ ਸਵਾਗ ਨੂੰ ਹਟ ਪਿਛਾ
ਅੱਜ ਮੈਂ ਇਸ ਚਿੱਟੇ ਨੂੰ ਜੜੀ ਮਾਰ ਦੇਣਾ। ਰਾਣੀ ਹਜੇ ਹੇਠਾਂ ਤੂੰ ਆ ਥੋੜਾ ਹੇਠਾਂ ਰੱਖਿਆ ਤੇ ਹੇਠਾਂ ਆਵੇ ਨਾ। ਰਾਣੀ ਆ ਜਾ ਹੇਠਾਂ, ਤੂੰ ਜਿੱਤੀ ਤੇ ਮੈਂ ਹਾਰਿਆ। ਤੇਰਾ ਲੱਖ ਲੱਖ ਸ਼ੁਕਰ ਰੱਬਾ। ਸਾਲਗ੍ਰਾਮ ਜੀ ਪੈਰੀ ਪੈਨ ਥੁੱਕ ਦਿੱਤਾ ਜੀ ਗੁੱਸਾ, ਉਹ ਪੈ ਗਿਆ। ਉਹ ਖਬਰੇ ਕੀ ਜਾਦੂ ਕਰ ਦਿੱਤਾ ਈ ਰਾਣੀ ਤੇ। ਉਹ ਜਾ ਕੱਢ ਲਿਆ ਵਿਆਹ ਦੀ ਤਰੀਕ। ਮੇਰਾ ਵੀਰ ਤੂੰ ਕਿੰਨਾ ਚੰਗਾ ਹੈ। ਸਾਲਗ੍ਰਾਮ ਜੀ ਇੱਕ ਗੱਲ ਦਾ ਖਿਆਲ ਰੱਖਿਆ ਜੇ, ਕਿਧਰੇ ਰੋਟੀਆਂ ਦੀ ਥਾਂ ਤੇ ਜੁੱਤੀਆਂ ਨਾ ਮਿਲਣ ਬਰਾਤੀਆਂ ਨੂੰ। ਅਗਲਾ ਇਹੀ ਤਾਂ ਬੈਠ ਗਿਆ, ਐਡੀ ਛੇਤੀ ਹੌਸਲਾ ਨਹੀਂ ਛੱਡੀ ਦਾ ਪੁੱਤਰਾ। ਭਾਈਆ ਆਪਣੇ ਤਾਂ ਮੇਰੇ ਸਿਰ ਚ ਹੌਸਲਾ ਪਾਉਣੀ ਆ ਜੇ। ਕੀ ਸੋਹਣਾ ਰੂਪ ਚੜਿਆ ਚੰਬੀ ਤੂੰ। ਚਲ ਚਲੀ ਜਨ ਜਾ ਗਈ। ਅੱਛਾ ਪੰਡਿਤ ਜੀ,
की करा जो की करने एवी तेन मैं दस जो तेरे दशमेश पिता कलगी वाले ने अभी पुकार चिंती की दसी उन्होंने तू भी कर चंबी है आज जोस गुरु दी औलाद जिन्हें चिड़िया कुरु बास तोड़वाए इतने हाथे ने मुसीबत एक सच्चा व्यक्ति सोचने पै गई सच्चा खालसा तेरे हथेली तिले के फिरता है जाग सुते हो शेरा जाग तेरे तो हाथ बचा ले प्रा कर जा रहा तेन तेरे गुरु दी सो तुझे एक है जो शेर आवे तो पड़ के आवे मैं तेरे शेर आई हूँ
मेरी लाज में रखी तो तेरे घर में तेरे बख्शन ने कहा बहन हट जा परा राजू फिकर राजू तू गणेश संभाल मैं बाकी ना सीख लेना छटेगा नहीं कदा नहीं छटे था तो छेती का जो कुछ चुपना चुपला बनना राजा साहब तुम मैं जानते मैं पाकिस्तान एक्सप्रेस का बड़ा रईस मैं कुछ नहीं जानता तुम शाह हो या कंगाल हम सबको एक नजर से देखता है मैं तुम्हें और तुम्हारे बेटे को बदमनी के जुर्म में गिरफ्तार कर लिया राजा साहब हां बेटा सिपाही हो डर हट गई माफी कर दो डॉक्टर सुनो बड़े त्रमाता आईया आईया एक ही हो गया क्रेचर मैं की करा मेनू केंदे चंदी दी बनी